ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੋਵੇਗਾ ਇਹ ਵੀ ਉਮੀਦ ਹੈ ਕਿ ਤੁਸੀਂ ਤੁਹਾਡੇ ਪਰਿਵਾਰ ਦਾ ਹਰ ਇੱਕ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੋਵੇਗਾ ਇਹ ਵੀ ਉਮੀਦ ਹੈ ਤੁਹਾਡੇ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ ਪਰ ਤੁਹਾਡੇ ਭਰਾ ਦੇ ਪਰਿਵਾਰ ਵਿੱਚ ਭੈਣਾਂ ਦੇ ਪਰਿਵਾਰਾਂ ਵਿੱਚ ਤੁਹਾਡੇ ਚਾਚੇ ਤਾਏ ਦੇ ਪਰਿਵਾਰਾਂ ਵਿੱਚ ਮਾਮੇ ਭੂਆ ਦੇ ਪਰਿਵਾਰਾਂ ਵਿੱਚ ਨਾਨਕੇ ਦਾਦਕੇ ਕੋਈ ਐਸਾ ਤਾਂ ਨਹੀਂ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ ਰਹਿ ਗਿਆ ਹੋਵੇ ਮਾਰੋ ਨਜ਼ਰ ਚਾਰ ਚਫੇਰੇ ਤੁਹਾਡੇ ਕਿੰਨੇ ਮਿੱਤਰ ਦੋਸਤ ਨੇ ਤਹਾਡੇ ਹਰ ਮਿੱਤਰ ਦੋਸਤ ਨੇ ਅਰਥਾਂ ਸਮੇਤ ਸਹਿਜ ਪੜ੍ਹ ਸ਼ੁਰੂ ਕਰ ਦਿੱਤਾ ਕਿ ਨਹੀਂ ਤੁਹਾਡੇ ਮਿੱਤਰਾਂ ਦੋਸਤਾਂ ਦੇ ਪਰਿਵਾਰ ਦੇ ਵਿੱਚ ਹਰ ਮੈਂਬਰ ਨੇ ਹਰ ਬੱਚੇ ਨੇ ਅਰਥਾਂ ਸਮੇਤ ਸਹਿਜ ਪੜ੍ਹ ਸ਼ੁਰੂ ਕਰ ਦਿੱਤਾ ਨਸਰ ਮਾਰੋ ਯਤਨ ਕਰੋ ਹੰਬਲਾ ਮਾਰੋ ਤੁਹਾਡੇ ਬੱਚਿਆਂ ਦਾ ਕਿੰਨਾ ਕੰਨਾ ਪਰਿਵਾਰਾਂ ਦੇ ਬੱਚਿਆਂ ਨਾਲ ਉੱਠਣਾ ਬੈਠਣਾ ਹੈ ਅਗਰ ਉਹ ਬੱਚੇ ਵੀ ਅਰਥਾਂ ਸਮੇਤ ਸਹਿਜ ਪੜ੍ਹ ਕਰਨ ਲੱਗ ਜਾਣਗੇ ਸਾਰੇ ਬੱਚਿਆਂ ਦਾ ਇੱਕ ਦੂਸਰੇ ਨੂੰ ਹਲਾਰਾ ਮਿਲੇਗਾ ਮਾਰੋ ਚਾਤੀ ਚਾਰ ਸਫੇਰੇ ਕਰੋ ਯਤਨ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਉਣੀ ਹੈ ਹਰ ਗੁਰ ਸਿੱਖ ਦਾ ਫਰਜ਼ ਹੈ ਹਰ ਇੱਕ ਨੇ ਯਤਨ ਕਰਨਾ ਹੈ ਕੋਸ਼ਿਸ਼ ਕਰੋ ਕੋਈ ਵੀ ਬਾਂਝਾ ਨਾ ਰਹਿ ਸਕੇ ਇਹ ਆਵਾਜ਼ ਖੁਦ ਅਰਥਾਂ ਸਮੇਤ ਸਹਿਜ ਕਰੋ ਪਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਇੱਕ ਗੁਰੂ ਦੀ ਲਹਿਰ ਹੈ ਇੱਕ ਕੌਮ ਦੀ ਲਹਿਰ ਹੈ ਗੁਰਪੰਥ ਇੱਕ ਪਰਿਵਾਰ ਹੈ ਗੁਰਕਲੰਗੀ ਤਰਪਾਤਸ਼ਾ ਦਾ ਪਰਿਵਾਰ ਹੈ ਸਾਰੇ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 219 ਦੇ ਉੱਪਰ ਅੰਕਿਤ ਕੱਲ ਤੱਕ ਪੰਜਵੇਂ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਸੀ ਅੱਜ ਨਵੇਂ ਪਾਤਸ਼ਾਹ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਸ਼ੁਰੂ ਹੋ ਰਹੇ ਹਨ ਗੌੜੀ ਰਾਗ ਸਟਾਰਟਿੰਗ ਤੇ ਸ਼ੁਰੂਆਤ ਵਿੱਚ মূল ਮੰਤਰ ਦਾ ਸੰਖੇਪ ਰੂਪ ਹੈ ਇਕ ਓੰਕਾਰ ਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਕੀ ਹੈ ਇਕ ਰਸ ਵਿਆਪਕ ਹੈ ਸਤਿਗੁਰ ਸਰੂਪ ਦੀ ਬਖਸ਼ਿਸ਼ ਹੋ ਜਾਵੇ ਤਾਂ ਵਾਹਿਗੁਰੂ ਜੀ ਦੇ ਨਾਲ ਪਿਆਰ ਬਣਦਾ ਮਿੱਠੀ ਮਿੱਠੀ ਯਾਦ ਪੈ ਪਾਵਨੀ ਸ਼ੁਕਰਾਨੇ ਵਿੱਚ ਜਿਉਣ ਦੀ ਯੋਗਤਾ ਆਉਂਦੀ ਹੈ ਨਵੇਂ ਪਾਤਸ਼ਾਹ ਦੇ ਗੌੜੀ ਰਾਗ ਦੇ ਸਭਲੇ ਸ਼ਬਦ ਦਾ ਟਾਈਟਲ ਹੈ ਰਾਗ ਗੌੜੀ ਮਹਲਾ 9ਵਾਂ ਗੌੜੀ ਰਾਗ ਵਿੱਚ ਨਵੇਂ ਪਾਤਸ਼ਾਹ ਵਰਤੇ ਇੱਕ ਭਦਰ ਸਾਹਿਬ ਜੀ ਮਹਾਰਾਜ ਆਪਣੀ ਜ਼ਿੰਦਗੀ ਦਾ ਤਜਰਬਾ ਸਾਡੇ ਸਾਹਮਣੇ ਰੱਖਦੇ ਨੇ ਸਾਧੂ ਮਨ ਕਾ ਮਾਨ ਤਿਆਗਾਉਂ ਐ ਸਾਧੂ ਜਨ ਐਗਰ ਸਿਕ ਪਿਆਰਿਓ ਸਤਿਗੁਰੂ ਜੀ ਕਹਿੰਦੇ ਮੈਂ ਮਾਨ ਦਾ ਜੋ ਮਾਨ ਹੈ ਹੰਕਾਰ ਹੈ ਉਹ ਤਿਆਗ ਦਿੱਤਾ ਹੈ ਜਦੋਂ ਸਤਿਗੁਰੂ ਜੀ ਆਪਣੀ ਗੱਲ ਕਹਿੰਦੇ ਨੇ ਤਾਂ ਉਹ ਸਾਨੂੰ ਉਪਦੇਸ਼ ਹੀ ਹੁੰਦਾ ਹੈ ਅਸੀਂ ਯਤਨ ਕਰਨੇ ਨੇ ਉਦਮ ਕਰਨਾ ਹੈ ਤੇ ਉਦਮ ਜ਼ਿੰਦਗੀ ਦੇ ਦੋਨੋਂ ਪੱਖ ਤੇ ਕਰਨਾ ਹੈ ਜ਼ਿੰਦਗੀ ਦੀਆਂ ਲੋੜਾਂ ਨੇ ਪਰਿਵਾਰਕ ਲੋੜਾਂ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਜ਼ਿੰਦਗੀ ਦੀਆਂ ਲੋੜਾਂ ਪੂrti ਵਾਸਤੇ ਉਦਮ ਕਰਨਾ ਜਿਹਨੂੰ ਵਿਵਹਾਰਕ ਕਹਿੰਦੇ ਹਾਂ ਉਹਦੇ ਨਾਲ ਨਾਲ ਅਸੀਂ ਗੁਰੂ ਦੇ ਪੁੱਤਰ ਹਾਂ ਗੁਰੂ ਦੀਆਂ ਧੀਆ ਹਾਂ ਗੁਰੂ ਕੌਮ ਦੇ ਗੁਰਪੰਥ ਦੇ ਪਰਿਵਾਰ ਦੇ ਮੈਂਬਰ ਹਾਂ ਐਸੀ ਗੁਰੂ ਪੰਥ ਦੇ ਲਈ ਸਮਾਜ ਦੇ ਭਲੇ ਲਈ ਵੀ ਕੁਝ ਕਰਨਾ ਹੈ ਜਦੋਂ ਵੀ ਪ੍ਰਾਪਤੀਆਂ ਹੋਣ ਯਤਨ ਕਰਨੇ ਨੇ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਆਪਾ ਵਾਰ ਦੇਣਾ ਪਰ ਜੋ ਪ੍ਰਾਪਤੀਆਂ ਨੇ ਉਹ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਹੁੰਦੀਆਂ ਨੇ ਉਹਦੇ ਤੇ ਕੋਈ ਮਾਣ ਹੰਕਾਰ ਨਹੀਂ ਐਸੀ ਰਮਨ ਸਤਿਗੁਰੂ ਜੀ ਸਿਖਾ ਰਹੇ ਨੇ ਦੂਸਰੀ ਬਾਤ ਕਾਮ ਕਰੋ ਦਸ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗਾ ਰਹਾਉ ਕਾਮ ਕ੍ਰੋਧ ਆਦਿਕ ਵਿਕਾਰ ਤੇ ਉਹ ਮਨਮੁਖ ਲੋਕਾਂ ਦੀ ਸੰਗਤ ਜਿੱਥੋਂ ਬੈਠਦੇ ਆ ਸੁਣਦੇ ਆ ਉੱਠਦੇ ਆ ਬੈਠਦੇ ਆ ਉਹਨਾਂ ਦੀਆਂ ਗੱਲਾਂ ਸੁਣਦੇ ਆ ਵਿਚਾਰਾਂ ਕਰਦੇ ਆ ਸਾਡੇ ਅੰਦਰ ਵਿਕਾਰਾਂ ਦਾ ਜਨਮ ਹੁੰਦਾ ਜਿਹਨੂੰ ਅਸੀਂ ਕੋ ਸੰਗ ਕਹਿੰਦੇ ਹਾਂ ਭੈੜੇ ਲੋਕਾਂ ਦੀ ਸੰਗਤ ਅਤੇ ਭੈੜੇ ਵਿਕਾਰਾਂ ਦੀ ਸੰਗਤ ਦਿਨ ਰਾਤ ਇਹਦੇ ਤੋਂ ਦੂਰ ਭੱਜਦਾ ਹਾਂ ਤੇ ਸਾਨੂੰ ਵੀ ਇਹ ਸਿੱਖਿਆ ਹੈ ਇਸ ਤੋਂ ਦੂਰ ਰਹਿਣਾ ਹੈ ਬੇਕਾਰਾਂ ਤੋਂ ਬੇਕਾਰ ਪੈਦਾ ਕਰਨ ਵਾਲੀ ਕੋ ਸੰਗ ਤੋਂ ਰਹਾਓ ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ ਅਗੋਂ ਜ਼ਿੰਦਗੀ ਜਿਉਣ ਦਾ ਇੱਕ ਬਾਕਮਾਲ ਤਰੀਕਾ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ ਔਰ ਮਾਨ ਅਪਮਾਨ ਔਰ ਮਾਨ ਅਪਮਾਨ ਇੱਕ ਸੁਖ ਇੱਕ ਦੁਖ ਬਾਰੀ ਬਾਰੀ ਨਾਲ ਜ਼ਿੰਦਗੀ ਚ ਆਉਂਦੇ ਰਹਿੰਦੇ ਨੇ ਕੋਈ ਵੀ ਐਸਾ ਮਨੁੱਖ ਨਹੀਂ ਜਿੱਦੀ ਜ਼ਿੰਦਗੀ ਚ ਕਦੀ ਦੁੱਖ ਨਾ ਆਇਆ ਹੋਵੇ ਜੀਵਨ ਦਾ ਕਿ ਗੁਰੂ ਸਾਹਿਬ ਪੀਰ ਪੈਗੰਬਰ ਹੋ ਲਈਏ ਸਾਰਿਆਂ ਦੀ ਜ਼ਿੰਦਗੀ ਵਿੱਚ ਦੁੱਖ ਤੇ ਸੁਖ ਦੋਨੋਂ ਹੀ ਆਉਂਦੇ ਨੇ ਦੂਜਾ ਕਦੀ ਕਦਾਈ ਇਹ ਤਾਂ ਮਾਨ ਸਨਮਾਨ ਮਿਲਦਾ ਹੈ ਇੱਕ ਕਦੀ ਕਦਾਈ ਕੁਝ ਲੋਕ અપਮਾਨ ਕਰਦੇ ਨੇ ਇਹ ਤੇ ਗੁਰਮਖ ਜੀਵਨ ਦਾ ਗੁਰਸਿੱਖੀ ਜੀਵਨ ਦਾ ਇੱਕ ਤਰੀਕਾ ਦੱਸ ਰਹੇ ਨੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਹਰ ਮਨੁੱਖ ਯਤਨ ਕਰਦਾ ਹੈ ਪਰ ਉਹਦੇ ਲਈ ਧਰ ਲੋ ਮੱਛੀ ਨਹੀਂ ਹੋਣਾ ਸਿਧਾਂਤਾਂ ਨਾਲ ਸਮਝੌਤਾ ਕਰਕੇ ਸੁੱਖ ਪ੍ਰਾਪਤ ਨਹੀਂ ਕਰਨਾ ਲੋਬ ਲਾਲਚ ਦਾ ਸਹਾਰਾ ਲੈ ਕੇ ਝੂਠ ਹੰਕਾਰ ਝੂਠ ਆਦਿਕ ਦਾ ਸਹਾਰਾ ਲੈ ਕੇ ਸੁਖ ਪ੍ਰਾਪਤ ਨਹੀਂ ਕਰਨੇ ਯਾਨੀ ਸੁਖਾਂ ਦੇ ਪਿੱਛੇ ਕਰ ਲੋ ਮੱਛੀ ਹੋ ਕੇ ਆਪਣੀ ਜ਼ਿੰਦਗੀ ਦੇ ਸਿਧਾਂਤ ਨਹੀਂ ਗਵਾਉਣੇ ਆਖੋ ਵਾਹਿਗੁਰੂ ਧਨ ਪ੍ਰੋਪਰਟੀ ਪ੍ਰਤਿਸ਼ਠਾ ਪ੍ਰਾਪਤ ਕਰਨ ਵਾਸਤੇ ਚਾਪਲੂਸੀਆਂ ਕਰਨੀਆਂ ਹਨ ਹੋਣ ਗੁਲਾਮੀਆਂ ਕਰਨੀਆਂ ਝੂਠ ਦਾ ਸਹਾਰਾ ਲੈਣਾ ਦੂਸਰੀ ਬਾਤ ਮਨੁੱਖ ਦੁੱਖਾਂ ਤੋਂ ਬੜਾ ਡਰਦਾ ਏ ਰੱਬ ਨੂੰ ਵੀ ਦੁੱਖ ਆਉਣ ਤੋਂ ਪਹਿਲਾਂ ਹੀ ਕਹਿੰਦਾ ਮੈਨੂੰ ਦੁੱਖ ਨਾ ਆਵੇ ਗੁਰੂ ਦਾ ਗੁਰਸਿੱਖ ਨਾ ਤਾਂ ਦੁੱਖਾਂ ਤੋਂ ਡਰਦਾ ਏ ਇਹ ਨਾ ਸੁੱਖਾਂ ਦੇ ਪਿੱਛੇ ਸਦੰਤਾ ਨਾਲ ਸਮਝੌਤਾ ਕਰਦਾ ਦੋਨਾਂ ਨੂੰ ਇੱਕੋ ਜਿਹਾ ਸਮਝਦਾ ਏ ਕੋਈ ਨਹੀਂ ਜ਼ਿੰਦਗੀ ਚ ਦੁੱਖ ਵੀ ਆਉਂਦੇ ਨੇ ਸੁੱਖ ਵੀ ਆਉਂਦੇ ਨੇ ਦੋਨੋਂ ਹੀ ਬਹੁਤ ਕੁਝ ਸਿਖਾ ਜਾਂਦੇ ਅਗਰ ਜ਼ਿੰਦਗੀ ਜਿਉਣ ਦਾ ਤਰੀਕਾ ਸਮਝ ਆਈਏ ਸੁੱਖ ਸ਼ੁਕਰਾਨਾ ਕਰਾ ਜਾਂਦੇ ਨੇ ਦੁੱਖ ਤੇ ਰਾਜ਼ਾਬੀ ਤੇ ਦਿਉਣਾ ਸਖਾ ਜਾਂਦੇ ਨੇ ਆਖੋ ਵਾਹਿਗੁਰੂ ਇਸ ਲਈ ਗੁਰੂ ਕੇ ਪਿਆਰੇ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਇਹਨੂੰ ਇੱਕ ਸਮਾਨ ਹੀ ਸਮਝਦੇ ਨੇ ਮਾਨ અપਮਾਨ ਹਰ ਬੰਦੇ ਦੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਹੈ ਰੱਬ ਦੇ ਵੱਲੋਂ ਉਹ ਵੱਖਰੀ ਇੱਕ ਕੈਪੇਬਿਲਿਟੀ ਦਿੱਤੀ ਹੁੰਦੀ ਹੈ ਉਹ ਕੰਮ ਉਹ ਵਿਸ਼ੇਸ਼ ਕਰ ਸਕਦਾ ਹੈ ਦੂਜਿਆਂ ਤੋਂ ਨਹੀਂ ਹੁੰਦਾ ਆਪਾ ਦੇਖੀਏ ਆਪਾ ਗੱਡੀ ਚਲਾ ਲੈਂਦੇ ਆ ਵਧੀਆ ਡਰਾਈਵਰ ਹਾਂ ਪਰ ਮਕੈਨਿਕ ਦੇ ਕੋਲ ਵੱਖਰੀ ਕਲਾ ਹੈ ਇਲੈਕਟ੍ਰੀਸ਼ੀਅਨਰ ਦੇ ਕੋਲ ਵੱਖਰੀ ਕਲਾ ਹੈ ਹਰ ਬੰਦੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਹੈ ਉਹ ਆਪਣੀ ਕਲਾ ਸਮਾਜ ਦੇ ਲਈ ਵਰਤਦਾ ਹੈ ਉਹਨੂੰ ਕਿਰਤ ਕਹਿੰਦੇ ਨੇ ਤੇ ਜੋ ਆਪਣੀ ਕਲਾ ਨੂੰ ਸਮਾਜ ਲਈ ਵਰਤਦਾ ਹੈ ਸਮਾਜ ਉਹਦੇ ਵਜਾਨੇ ਵਿੱਚੋਂ ਕੁਛ ਨਾ ਵਜਾਨੇ ਵਜੋਂ ਕੁਛ ਨਾ ਕੁਛ ਦੇ ਦਿੰਦੀ ਹੈ ਜਿਹਨੂੰ ਅਸੀਂ ਤਨਖਾਹ ਇਬਜ਼ਾਨਾ ਕਹ ਦਿੰਨੇ ਆ ਉਦਾ ਉਹਨੂੰ ਮੁੱਲ ਮਿਲਦਾ ਹੈ ਉਹਦੀ ਮਿਹਨਤ ਮਿਲਦੀ ਹੈ ਕੁਝ ਕਲਾ ਐਸੀ ਹੁੰਦੀ ਹੈ ਜਿਹੜੀ ਕਲਾ ਮੁੱਲ ਨਹੀਂ ਉਹਦਾ ਕੋਈ ਵੀ ਹੁੰਦਾ ਦੂਸਰਿਆਂ ਦੇ ਪੱਲੇ ਨਹੀਂ ਹੁੰਦੀ ਐ ਪਰਵਕਾਰ ਲਈ ਹੁੰਦੀ ਐ ਉਹਦੇ ਨਾਲ ਚਸਪਾ ਵੀ ਹੁੰਦਾ ਐ ਲਗਨ ਵੀ ਹੁੰਦਾ ਐ ਜਿਨ੍ਹਾਂ ਲੋਕਾਂ ਨੂੰ ਉਹਦੀ ਪਰਖ ਹੁੰਦੀ ਐ ਉਹ ਕਦਰ ਕਰਦੇ ਨੇ ਮਾਨ ਸਨਮਾਨ ਦਿੰਦੇ ਜਿਨ੍ਹਾਂ ਦੇ ਕੋਲ ਪਰਖ ਨਹੀਂ ਹੁੰਦੀ ਉਹਨਾਂ ਦੇ ਅੰਦਰ ਮਨਕੇਰੀਆਂ ਸ਼ੰਕਿਆਂ ਦੀਆਂ ਸਵਾਲਾਂ ਦੀਆਂ ਮਿਸਅੰਡਰਸਟੈਂਡਿੰਗ ਕਨਫਿਊਜ਼ਨਸ ਅੰਦਰ ਚੱਲਦੇ ਨੇ ਇਹੋ ਸਨਮਾਨ ਤੇ ਕੀ ਦੇਣਾ અપਮਾਨ ਕਰ ਜਾਂਦੇ ਇੱਕ ਵੀ ਐਸਾ ਮਨੁੱਖ ਦੱਸ ਦਿਓ ਜਿਹਦਾ ਕਦੀ ਲੋਕਾਂ ਨੇ અપਮਾਨ ਨਾ ਕੀਤਾ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਵਰਗੇ ਆ ਐਸੀਆਂ ਰੂਹਾਂ ਜੋ ਰੱਬ ਦਾ ਰੂਪ ਸਨ ਉਹਨਾਂ ਦੇ ਲੋਕਾਂ ਨੇ ਬੱٹے ਤੱਕ ਮਾਰੇ ਭੂਤਨਾ ਬੇਤਾਲਾ ਕੀਆ ਪਰ ਗੁਰਸਿੱਖ ਨੂੰ ਸਮਝ ਆ ਜਾਂਦੀ ਹੈ ਕੋਈ ਗੱਲ ਜਿਹੜਾ ਮਾਨ ਸਨਮਾਨ ਹੈ ਵਾਹਿਗੁਰੂ ਜੀ ਇਹਨਾਂ ਰਾਹੀਂ ਮੈਨੂੰ ਹੌਸਲਾ ਦੇ ਰਹੇ ਨੇ ਜਿਹੜੇ અપਮਾਨ ਕਰਦੇ ਨੇ ਉਹਨਾਂ ਰਾਹੀਂ ਵਾਹਿਗੁਰੂ ਜੀ ਮੈਨੂੰ ਇੱਕ ਸਿੱਧਕ ਦੇ ਰਹੇ ਨੇ ਇੱਕ ਸਹਿਜ ਅਡੋਲਤਾ ਦੇ ਰਹੇ ਨੇ ਮੇਰੇ ਜਜ਼ਬਿਆਂ ਦੀ ਮੇਰੀ ਲਗਨ ਦੀ ਮੇਰੀਆਂ ਭਾਵਨਾਵਾਂ ਦੀ ਪ੍ਰੀਖਿਆ ਹੋ ਰਹੀ ਆਖੋ ਵਾਹਿਗੁਰੂ ਇਸ ਲਈ ਗੁਰਸਿੱਖਾਂ ਦੀ ਨਜ਼ਰ ਵਿੱਚ ਨਾ ਤਾਂ ਉਹ ਚੁਸ ਚਲਾਕੀਆਂ ਨਾਲ ਸਨਮਾਨ ਪ੍ਰਾਪਤ ਕਰਨ ਤੇ ਨਾ ਹੀ ਉਹ अपमान ਤੋਂ ਡਰਨ ਦੁੱਖ ਸੁਖ ਦੋਨੋਂ ਸਮ ਕਰ ਜਾਣਾ ਔਰ ਮਾਨ અપਮਾਨਾ ਉਹਨਾਂ ਨੂੰ ਇੱਕ ਰਸ ਅਡੋਲਤਾ ਵਿੱਚ ਜ਼ਿੰਦਗੀ ਜਿਉਣੀ ਆਉਂਦੀ ਹੈ ਉਹਨਾਂ ਦੇ ਕੋਲ ਵਿਜ਼ਨ ਹੁੰਦਾ ਹੈ ਮਿਸ਼ਨ ਹੁੰਦਾ ਹੈ ਉਹ ਆਪਣੇ ਮਿਸ਼ਨ ਤੇ ਵਿਜ਼ਨ ਤੇ ਚੱਲਦੇ ਰਹਿੰਦੇ ਨੇ ਦੁੱਖ ਸੁਖ ਮਾਨ અપਮਾਨ ਆਉਂਦੇ ਰਹਿੰਦੇ ਨੇ ਉਹ ਜ਼ਿੰਦਗੀ ਦੀ ਹਿਸਟਰੀ ਬਣਦੀ ਰਹਿੰਦੀ ਆ ਖਵਾਹਿਰ ਅਗਲੀ ਬਾਤ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਹਨਾਂ ਨੇ ਜਗਤ ਦੀ ਦੁਨੀਆ ਦੀ ਅਸਲੀਅਤ ਨੂੰ ਪਹਿਚਾਨ ਲਿਆ ਤਤ ਅਸਲੀਅਤ ਅਸਲੀਅਤ ਨੂੰ ਪਹਿਚਾਨਣ ਕਰਕੇ ਉਹਨਾਂ ਨੂੰ ਪਤਾ ਹੈ ਜ਼ਿੰਦਗੀ 'ਚ ਦੋ ਚੀਜ਼ਾਂ ਹੁੰਦੀਆਂ ਨੇ ਕੁਝ ਖੁਸ਼ੀ ਦੇਣ ਵਾਲੀਆਂ ਹਰਖ ਕੁਝ ਸੋਗ ਚਿੰਤਾ ਦੇਣ ਵਾਲੀਆਂ ਚਲਦੀਆਂ ਰਹਿੰਦੀਆਂ ਨੇ ਉਹ ਨਾ ਤਾਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਿਧਾਂਤਾਂ ਨਾਲ ਸਮਝੌਤਾ ਕਰਦੇ ਨੇ ਆਪਣੇ ਸਿਧਾਂਤ ਨਹੀਂ ਛੱਡਦੇ ਇਹਨਾਂ ਚਿੰਤਾਵਾਂ ਤੋਂ ਡਰ ਕੇ ਆਪਣੇ ਮਿਸ਼ਨ ਨੂੰ ਛੱਡਦੇ ਨੇ ਆਖੋ ਵਾਹਿਗੁਰੂ ਉਹਨਾਂ ਦੀਆਂ ਨਜ਼ਰਾਂ ਵਿੱਚ ਖੁਸ਼ੀ ਚਿੰਤਾ ਇਹ ਜ਼ਿੰਦਗੀ ਦੀਆਂ ਇੱਕ ਲਹਿਰਾਂ ਨੇ ਜਿਹਨੂੰ ਜ਼ਿੰਦਗੀ ਦੀ ਅਸਲੀਅਤ ਨਹੀਂ ਸਮਝ ਆਈ ਉਹ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਚਿੰਤਾਵਾਂ ਤੋਂ ਡਰਦਾ ਡਰਦਾ ਐਸੀ ਤੋਖਲਿਆਂ ਦੇ ਵਿੱਚ ਜ਼ਿੰਦਗੀ ਜਿਉਂਦਾ ਹੋ ਰੁਲਝਣਤਾਣੀ ਐਸੀ ਬਣਾ ਲੈਂਦਾ ਉਹ ਜ਼ਿੰਦਗੀ ਵਿੱਚ ਚਿੰਤਾਵਾਂ ਵਧਾਉਂਦਾ ਹੀ ਵਧਾਉਂਦਾ ਜਾਂਦਾ ਉਹਦੀਆਂ ਖੁਸ਼ੀਆਂ ਘਟਦੀਆਂ ਘਟਦੀਆਂ ਜਾਂਦੀਆਂ ਨੇ ਇਕ ਦਿਨ ਪਛਤਾਵਾ ਪੱਲੇ ਪੈਂਦਾ ਹੈ ਇਹ ਸਤਗੁਰ ਸੱਚੇ ਪਾਤਸ਼ਾ ਇੱਕ ਗੁਰਮਖ ਰੂਹਾਂ ਦਾ ਸਾਧੂ ਜਨ ਜਿਨ੍ਹਾਂ ਨੂੰ ਕਿਹਾ ਗੁਰਸਿੱਖੀ ਰੂਹਾਂ ਕਿਹਾ ਗੁਰਮਖ ਜੀਵਨ ਕਿਹਾ ਉਹਦੀ ਜੁਕਤ ਦੱਸ ਰਹੇ ਨੇ ਉਸਤ ਤਨਿੰਦਾ ਦਉ ਤਿਆਗੈ ਹੋਜੈ ਪਦ ਨਿਰਵਾਨਾ ਉਸਤ ਕਿਸੇ ਦੀ ਗੁਣਾਂ ਦੀ ਗੱਲ ਕਰਨੀ ਵਡਿਆਈ ਹੁੰਦੀ ਹੈ ਪਰ ਆਪਣੇ ਮਤਲਬ ਲਈ ਕਿਸੇ ਦੇ ਗੁਣਾਂ ਦੀ ਵਡਿਆਈ ਕਰਨੀ ਉਹਨੂੰ ਚਾਪਲੂਸੀ ਕਹਿੰਦੇ ਨੇ ਗੁਰਮਖ ਦੂਸਰੇ ਦੇ ਗੁਣਾਂ ਦੀ ਵਡਿਆਈ ਕਰਦਾ ਹੈ ਪਰ ਆਪਣੇ ਮਤਲਬ ਲਈ ਆਪਣੀ ਇੱਛਾਾਂ ਲਈ ਆਪਣੀ ਲੋਭ ਪੂਰਤੀ ਲਈ ਕਿਸੇ ਦੀ ਚਾਪਲੂਸੀ ਨਹੀਂ ਕਰਦਾ ਅਖਵਾਇਉ ਉਸਤਤ ਜਿੱਤੇ ਜਦੋਂ ਉਸਤਤ ਨੇ ਦੋਨੋਂ ਬਰਾਬਰ ਆ ਗਏ ਨਾ ਇੱਥੇ ਹੈ ਕਿ ਆਪਣੀ ਵਡਿਆਈ ਲੋੜਨਾ ਮੇਰੀ ਵਡਿਆਈ ਹੋਵੇ ਤੇ ਦੂਸਰੇ ਦੀ ਵਡਿਆਈ ਕਰਕੇ ਮਤਲਬ ਕੱਢਣਾ ਇਸ ਤੋਂ ਗੁਰਸਿੱਖ ਬਚਦੇ ਨੇ ਦੂਸਰੀ ਬਾਤ ਨਿੰਦਾ ਨਿੰਦਾ ਇੱਕ ਐਸੀ ਭੈੜੀ ਬਿਮਾਰੀ ਹੈ ਕਿ ਕਿਸੇ ਦੀ ਕਰੋ ਤਾਂ ਵੀ ਅੰਦਰ ਰਸ ਬਣਦਾ ਹੈ ਕਿਸੇ ਦੀ ਨਿੰਦਾ ਸੁਣੋ ਤਾਂ ਵੀ ਰਸ ਬਣਦਾ ਪਰ ਜਦੋਂ ਕੋਈ ਅਪ ਸਾਡੀ ਨਿੰਦਾ ਕਰੇ ਤੇ ਘੁਮ ਕੇ ਗੱਲ ਆਵੇ ਨਿੰਦਾ ਕੀਤੀ ਅੰਦਰੋਂ ਤੜਫਦਾ ਬਹੁਤ ਆਖੋ ਵਾਹਿਗੁਰੂ ਗੁਰਸਿੱਖ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਚਦੇ ਨੇ ਕਿਸੇ ਦੇ ਔਗਣਾ ਦੀ ਗੱਲ ਕਰਦੇ ਨੇ ਸਾ ਮੈਨੂੰ ਲੱਗਦਾ ਹੋਵੇਗਾ ਕਿ ਔਗਣਾ ਦੀ ਗੱਲ ਕਰ ਰਿਹਾ ਹੈ ਤੇ ਇਹ ਨਿੰਦਾ ਕਰ ਰਿਹਾ ਉਹ ਨਹੀਂ ਭਲਿਓ ਉਹਦੇ ਅੰਦਰ ਇੱਕ ਪੀੜਾ ਪੈਦਾ ਹੋ ਗਈ ਹੈ ਇੱਕ ਤੜਫ ਪੈਦਾ ਹੋ ਗਈ ਹੈ ਵੀ ਇਹ ਕਿਉਂ ਹੋ ਗਿਆ ਉਹ ਕੇਵਲ ਗੱਲ ਨਹੀਂ ਕਰਦੇ ਉਹ ਉਹਦੇ ਲਈ ਯਤਨ ਵੀ ਕਰਦੇ ਨੇ ਫਾਰ ਇਗਜ਼ਾਮਪਲ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਫਲਾਣਾ ਬੱਚਾ ਕਸੰਗ ਵਿੱਚ ਚਲਿਆ ਗਿਆ ਇੱਕ ਤਾਂ ਸ਼ਰੀਕਾ ਹੈ ਸਵਾਦ ਲੈਂਦਾ ਹੈ ਗੱਲਾਂ ਕਰੇਗਾ ਯਤਨ ਨਹੀਂ ਕਰੇਗਾ ਪਰ ਪਿੱਠ ਪਿੱਛੇ ਕਰੇਗਾ ਬਦਾ ਚੜਾ ਕੇ ਗੱਲਾਂ ਕਰੇਗਾ ਸਵਾਦ ਲਏਗਾ ਉਹਨੂੰ ਨਿੰਦਾ ਕਹਿੰਦੇ ਨੇ ਇੱਕ ਦੂਸਰਾ ਵਿਅਕਤੀ ਗੱਲ ਕਰਦਾ ਵੀ ਉਹ ਬੱਚਾ ਕਸੰਗ ਵਿੱਚ ਚਲਿਆ ਗਿਆ ਵੀ ਅੱਜ ਉਹ ਗਿਆ ਕੱਲ ਨੂੰ ਦੂਸਰੇ ਵੀ ਜਾ ਸਕਦੇ ਨੇ ਵੀ ਜਿਹੜਾ ਚਲਿਆ ਗਿਆ ਉਹ ਤੇ ਵਿਚਾਰਾ ਖੂਚ ਡਿੱਗ ਪਿਆ ਆ ਜਿਹੜੇ ਨਹੀਂ ਗਏ ਇਹਨਾਂ ਨੂੰ ਬਚਾ ਲਈਏ ਉਹਨਾਂ ਦੇ ਅੰਦਰ ਇੱਕ ਪਰਉਪਕਾਰ ਦੀ ਬਿਰਤੀ ਚੱਲਦੀ ਹੈ ਭਾਵ ਉਹ ਉਸਤਤ ਨਿੰਦਾ ਦੇ ਹਮਲਿਆਂ ਤੋਂ ਬਚ ਜਾਂਦੇ ਨੇ ਅਖ ਬਾਹਿਰ ਉਹ ਕ੍ਰਿਟੀਸਾਈਜ਼ ਕਰਦੇ ਨੇ ਸੁਧਾਰ ਦੀ ਬਿਰਤੀ ਦੇ ਨਾਲ ਉਹ ਉਸਤਤ ਕਰਦੇ ਨੇ ਉਹਨਾਂ ਦੇ ਗੁਣਾ ਨੂੰ ਪ੍ਰਸਾਰਨ ਵਾਸਤੇ ਹੋਰਾਂ ਤੱਕ ਉਹ ਆਪਣੀ ਵਡਿਆਈ ਕਰਕੇ ਰਸ ਮਾਨਣਾ ਤੇ ਦੂਸਰੇ ਦੀ ਵਡਿਆਈ ਕਰਕੇ ਲੋਭ ਰਸ ਦੀ ਪੂਰਤੀ ਕਰਨੀ ਤੇ ਨਿੰਦਾ ਕਰਕੇ ਰਸਾਂ ਦੀ ਪੂਰਤੀ ਕਰਨੀ ਇਹ ਦੋਨੋਂ ਛੱਡ ਦਿੰਦੇ ਨੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਚੀਜ਼ਾਂ ਜੇ ਤਾਂ ਵਡਿਆਈ ਲੋਭ ਹਿਤ ਕੀਤੀ ਗਈ ਹੈ ਤਾਂ ਚਾਪਲੂਸੀ ਬਣ ਜਾਂਦੀ ਹੈ ਇਹ ਭੈੜੀ ਆਦਤ ਹੈ ਅਗਰ ਉਹ ਨਿੰਦਾ ਰਸ ਮਾਨਣ ਵਾਸਤੇ ਕੀਤੀ ਹੈ ਭੈੜੀ ਆਦਤ ਹੈ ਤੇ ਦੋਨੋਂ ਹੀ ਤਿਆਗ ਦਿੰਦੇ ਨੇ ਜੋ ਜਾ ਪਾਦ ਨਿਰਵਾਣਾ ਉਹ ਗੁਣਾ ਨੂੰ ਫੋਕਸ ਕਰਦੇ ਨੇ ਗੁਣਾ ਦੀ ਵਡਿਆਈ ਕਰਦੇ ਨੇ ਇਸ ਲਈ ਕਿ ਜਿਹੜਾ ਗੁਣ ਫਲਾਣੇ ਵਿੱਚ ਹੈ ਇਹ ਸਾਰਿਆਂ ਵਿੱਚ ਆ ਜਾਵੇ ਹਰ ਇੱਕ ਨੂੰ ਉਤਸ਼ਾਹਤ ਕਰੀਏ ਗੁਣ ਦੱਸ ਕੇ ਨਾ ਕਿ ਉਹ ਬੰਦੇ ਦੀ ਵਡਿਆਈ ਅਗਰ ਕਿਸੇ ਦਾ ਕ੍ਰਿਟੀਸਾਈਜ਼ ਕਰਦੇ ਨੇ ਅੰਦਰ ਇੱਕ ਪੀੜਾ ਹੈ ਦਰਦ ਹੈ ਇਹ ਨਾ ਹੋਵੇ ਇਸ ਲਈ ਉਹ ਡਿਸਕਸ਼ਨ ਦੇ ਨਾਲ-ਨਾਲ ਪਲੈਨਿੰਗ ਬਣਾਉਂਦੇ ਨੇ ਕਿਤਾ ਕੀ ਜਾਵੇ ਉਹ ਕ੍ਰੀਏਟਿਵ ਹੁੰਦੇ ਨੇ ਕੁਝ ਕਰਨਾ ਚਾਹੁੰਦੇ ਨੇ ਉਹ ਚਾਪਲੂਸੀ ਲੋਭ ਹਿੱਤ ਸੈਲਫਿਸ਼ ਸਾਧਿਕ ਦੇ ਵਿੱਚ ਨਹੀਂ ਉਲਝ ਜਾਂਦੇ ਖੋਜੈ ਪਦ ਨਿਰਵਾਨਾ ਉਪਾਸ਼ਨਾ ਮਾ ਤੋ ਰਹਿਤ ਲੋਭ ਤੋਂ ਰਹਿਤ ਹੁੰਦੇ ਨੇ ਜਨ ਨਾਨਕ ਇਹ ਖੇਲ ਕਠਨ ਹੈ ਤੁਨ ਕਿਨਹੁ ਗੁਰਮੁਖ ਜਾਣਾ ਸਨ ਗੁਰੂ ਇੱਕ ਭਾਦਰ ਸਾਹਿਬ ਜੀ ਮਹਾਰਾਜ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ ਇਹ ਖੇਲ ਓਕ ਹੈ ਜਿਨ੍ਹਾਂ ਨੇ ਜਾਣਿਆ ਇਸ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਜਾਣਿਆ ਕਿਵੇਂ ਗੁਰਮੁਖ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋਣ ਕੇ ਪੂਰੀ ਸਰੈਂਡਰ ਹੋ ਕੇ ਆਪਾ ਵਾਰ ਦੇਣਾ ਗੁਰੂ ਦੇ ਬਚਨਾਂ ਲਈ ਤਾਂ ਇਹ ਪ੍ਰਾਪਤ ਹੁੰਦਾ ਹੈ ਉਂਝ ਗੱਲ ਨਹੀਂ ਬਾਤੀ ਨਹੀਂ ਇਹ ਖੇਲ ਓਕ ਹੈ ਲੋਕ ਬਿਗਨ ਰੁਕਾਵਟਾਂ ਤੇ ਡੋਲ ਜਾਂਦੇ ਨੇ ਕਿਉਂਕਿ ਇਹ ਸੌਖੀ ਖੇਡ ਨਹੀਂ ਹੈ ਸੋ ਕਿਉ ਵਿਧਾ ਪੀੜਾਂ ਲੱਗ ਜਾਣ ਦੁਨੀਆਂ ਤੇ ਪਰਉਪਕਾਰੀ ਹਮੇਸ਼ਾ ਵਿਰਲੇ ਹੁੰਦੇ ਨੇ ਕਿ ਖੇਡ ਔਖੀ ਆਖੋ ਗੌੜੀ ਮਹਲਾ ਨੌਵਾ ਗੌੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਅਗਲਾ ਸ਼ਬਦ ਇੱਥੇ ਮੈਂ ਪਿਛਲੇ ਸ਼ਬਦ ਨਾਲ ਸੰਬੰਧ ਤੇ ਗੱਲ ਹੋਰ ਜੋੜ ਲਮਾ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਖੇਲ ਕਠਨਾ ਦਾ ਮਤਲਬ ਇਹ ਨਹੀਂ ਉਹ ਡਰਾ ਰਹੇ ਨੇ ਇਹ ਨਹੀਂ ਕਿ ਹਰ ਇੱਕ ਦੇ ਮਨ ਚ ਆਵੇ ਕਠਨ ਖੇਲ ਆਪਣੇ ਤੋਂ ਨਹੀਂ ਹੋਣਾ ਨਹੀਂ ਇਹਦਾ ਮਤਲਬ ਇਹਨੂੰ ਲਾਈਟਲੀ ਨਾ ਲਈ ਜੇ ਤੁਰਨਾ ਤਾਂ ਅੰਦਰੋਂ ਮਜ਼ਬੂਤ ਹੋ ਕੇ ਤੁਰਨਾ ਪੈਂਦਾ ਹੈ। ਤਿਆਰਿਆ ਗੁਰੂ ਨੂੰ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਤੁਰਨਾ ਪੈਣਾ ਇਹਨੂੰ ਲਾਈਟਲੀ ਜਾਂ ਨਾ ਲਈ ਜਿਹੜੇ ਥੋੜੇ ਜਿਹੇ ਜਜ਼ਬਾਤਾਂ ਚ ਆ ਕੇ ਲਾਈਟਲੀ ਜਲ ਲੈ ਕੇ ਤੁਰਦੇ ਨੇ ਨਾ ਡੋਲਦੇ ਵੀ ਛੇਤੀ ਨੇ। ਇਸ ਲਈ ਅੰਦਰੋਂ ਮਜ਼ਬੂਤ ਸੁਚੇਤ ਹੋ ਅਰਦਾਸਾਂ ਕਰ ਗੁਰੂ ਦੇ ਅੱਗੇ ਗੁਰੂ ਨੂੰ ਸਮਰਪਿਤ ਹੋ ਜਾ। ਗੌੜੀ ਮਹੱਲਾ ਨੋਮਾ ਨੋ ਮਿ ਪਾਥਿਆ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦਾ ਗੌੜੀ ਰਾਗ ਦਾ ਇਹ ਦੂਸਰਾ ਸ਼ਬਦ ਹੈ ਸਾਧ ਰਚਨਾ ਰਾਮ ਬਣਾਈ ਸਾ ਗੁਰਸਿੱਖ ਪਿਆਰਿਓ ਸਾਧੋ ਦੇ ਅਰਥ ਗੁਰਸਿੱਖ ਪਿਆਰਿਓ ਸਾਧੂ ਜਨੋ ਵਾਹਿਗੁਰੂ ਜੀ ਨੇ ਬੜੀ ਅश्चਰਜ ਜੀ ਣੋਖੀ ਜੀ ਇਹ ਰਚਨਾ ਬਣਾਈ ਹੈ ਇੱਕ ਬਿੰਸ ਹੈ ਇੱਕ ਅਸਥਿਰ ਮਨ ਹੈ ਆ ਚਾਰ ਜਿਸ ਲਖੇ ਉਹ ਨਾ ਜਾਈ ਰਹਾ ਹੋ ਸੈਂਟਰਲ ਆਈਡੀਆ ਇੱਕ ਪੈਦਾ ਹੁੰਦਾ ਹੈ ਇੱਕ ਦੀ ਮੌਤ ਹੋ ਜਾਂਦੀ ਹੈ ਇੱਕ ਵਿੰਸ ਹੈ ਅੱਖਾਂ ਦੇ ਸਾਹਮਣੇ ਮੌਤ ਆ ਰਹੀ ਹੈ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਿਹਨੂੰ ਫਰੀਦ ਜੀ ਨੇ ਕਹਿ ਫਰੀਦਾ ਇਨੀ ਲੋਇਣੀ ਦੇਖਦੇ ਆ ਕੀਤੀ ਚੱਲ ਗਈ ਪਰ ਜਿਹੜਾ ਜਿਉਂਦਾ ਹੈ ਉਹ ਅੱਖਾਂ ਨਾਲ ਮੌਤ ਦੇਖਦਾ ਆਪਣੇ ਆਪ ਨੂੰ ਅਸਥਿਰ ਮੰਨੀ ਬੈਠਾ ਹੈ ਵੀ ਮੈਂ ਤਾਂ ਇੱਥੇ ਹੀ ਰਹਿਣਾ ਸਦਾ ਹੀ ਰਹਿਣਾ ਜਿਹੜਾ ਮਨੁੱਖ ਇਸ ਜੀਵਨ ਨੂੰ ਸਦੀਵੀ ਮੰਨੀ ਬੈਠਾ ਹੈ ਉਹ ਜਿਹੜੇ ਕਾਰਜ ਸਭ ਤੋਂ ਜ਼ਰੂਰੀ ਨੇ ਉਹਨਾਂ ਨੂੰ ਡਿਲੇ ਕਰੀ ਜਾਂਦਾ ਕੋਈ ਨਹੀਂ ਫੇਰ ਕਰ ਲਵਾਂਗੇ ਪਰਪਕਾਰ ਹੈ ਕੌਮ ਦੇ ਲਈ ਸਮਾਜ ਦੇ ਲਈ ਪਰਪਕਾਰ ਹੈ ਉਹਨੂੰ ਡਿਲੇ ਕਰੀ ਜਾਂਦਾ ਕੋਈ ਗੱਲ ਨਹੀਂ ਜੇ ਨਹੀਂ ਹੋਇਆ ਤਾਂ ਕੀ ਹੋ ਗਿਆ ਕਿੰਨੇ ਐਸੇ ਪਿਆਰੇ ਹੋਣਗੇ ਜਿਨ੍ਹਾਂ ਨੂੰ ਗੁਰਬਾਣੀ ਤੇ ਪੜ ਲੈਂਦੇ ਨੇ ਪਰ ਕਦੀ ਸਹਿਜ ਪਾਠ ਨਹੀਂ ਕੀਤਾ ਕਿੰਨੇ ਹੋਣਗੇ ਡਿਲੇ ਕਰੀ ਜਾਂਦੇ ਨੇ ਹਦ ਹੋ ਗਈ ਕਿੰਨੇ ਐਸੇ ਨੇ ਜਿਹੜੇ ਸਹਿਜ ਪਾਠ ਵੀ ਕਰਦੇ ਨੇ ਅਰਥ ਸਮਝ ਨਹੀਂ ਆਉਂਦੇ ਅਰਥ ਸਿੱਖਣ ਨੂੰ ਡਿਲੇ ਕਰੀ ਜਾਂਦੇ ਨੇ ਸਭ ਨੂੰ ਪਤਾ ਹੈ ਕਿ ਘਰ ਦੇ ਵਿੱਚ ਸਿੱਖੀ ਗੁਰਮਤ ਗੁਰਬਾਣੀ ਦਾ ਮਾਹੌਲ ਬਣਾ ਕੇ ਰੱਖਣਾ ਹੈ ਪਰ ਯਤਨ ਕਰਨੇ ਨੂੰ ਡਿਲੇ ਕਰੀ ਜਾਂਦੇ ਨੇ ਜਾਂ ਲਾਪਰਵਾਹ ਨੇ ਇਹ ਪੱਖ ਛੱਡੀ ਬੈਠੇ ਨੇ ਕਿਉਂਕਿ ਜ਼ਿੰਦਗੀ ਨੂੰ ਸਦੀਵੀ ਮੰਨੀ ਬੈਠੇ ਨੇ ਅਚਰਜ ਲਖਿਓ ਨਾ ਜਾਈ ਸਤਿਗੁਰ ਕਹਿੰਦੇ ਕੈਸਾ ਕੌਤਕ ਹੈ ਇਹ बुਝਿਆ ਨਹੀਂ ਜਾ ਸਕਦਾ ਅੱਖਾਂ ਦੇ ਸਾਹਮਣੇ ਮੌਤ ਆ ਰਹੀ ਏ ਇੱਕ ਬਿੰਸ ਹੈ ਇੱਕ ਅਸਥਿਰ ਮਨ ਹੈ ਆਪਣੇ ਆਪ ਨੂੰ ਸਥਿਰ ਮੰਨੀ ਬੈਠੇ ਅਚਰਜ ਕਿਹੜਾ ਵਾਹਿਗੁਰੂ ਜੀ ਕਾਮ ਕਰੋਦ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਮਨੁੱਖ ਦਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰਸਾਂ ਵਿੱਚ ਇਹਨਾਂ ਦੀਆਂ ਆਦਤਾਂ ਦੀ ਉਲਝਣਤਾੜੀ ਵਿੱਚ ਫਸ ਗਿਆ ਹੈ ਰੱਬੀ ਹੋਂਦ ਜੋ ਹੈ ਹਰ ਮੂਰਤ ਉਹਦੀ ਐਗਜ਼ਿਸਟੈਂਸ ਹਰ ਥਾਂ ਤੇ ਹੈ ਉਹਨੂੰ ਭੁਲਾਈ ਬੈਠਾ ਹੈ ਫੈਸਲੇ ਲੈਣ ਲੱਗਿਆ ਰੱਬ ਦਾ ਪੈ ਨਹੀਂ ਦਾਤਾਂ ਵਰਤਣ ਲੱਗਿਆ ਰੱਬ ਦਾ ਸ਼ੁਕਰਾਨਾ ਨਹੀਂ ਰੱਬ ਦੀ ਮਿੱਠੀ ਮਿੱਠੀ ਯਾਦ ਨਹੀਂ ਰੱਬ ਦੇ ਨਿਜ਼ਮ ਦਾ ਧਿਆਨ ਚੇਤਾ ਨਹੀਂ ਰੱਬੀ ਗਿਆਨ ਪ੍ਰਾਪਤ ਕਰਨ ਵਾਸਤੇ ਰੱਬੀ ਉਪਦੇਸ਼ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਨਹੀਂ ਭੁੱਲਿਆ ਬੈਠਾ ਇਸ ਮਾਰਗ ਨੂੰ ਛੱਡੀ ਬੈਠਾ ਝੂਠਾ ਤਨ ਸਾਚਾ ਕਰ ਮੰਨਿਓ ਜਿਉ ਸੁਪਨਾ ਰਹਿ ਨਾਈ ਇਸ ਸਰੀਰ ਨੂੰ ਸਦੀਵੀ ਮੰਨੀ ਬੈਠਾ ਸਾਚਾ ਦੇ ਅਰਥ ਹੁੰਦਾ ਹੈ ਸਦੀਵੀ ਝੂਠਾ ਦੇ ਅਰਥ ਹੁੰਦਾ ਜੋ ਸਦਾ ਨਹੀਂ ਰਹਿਣ ਵਾਲਾ ਇਹ ਸਰੀਰ ਸਦਾ ਨਹੀਂ ਰਹਿਣ ਵਾਲਾ ਇਹਨੂੰ ਇੱਕ ਦਿਨ ਮੌਤ ਆਉਣੀ ਹੈ ਝੂਠਾ ਤਨ ਸਾਚਾ ਕਰ ਮੰਨਿਓ ਇਹਨੂੰ ਸਦੀਵੀ ਮੰਨੀ ਬੈਠਾ ਜਿਉ ਸੁਪਨਾ ਲੈ ਨਾਈ ਰਾਤ ਨੂੰ ਸੁਪਨਾ ਆਉਂਦਾ ਸੁਪਨੇ ਚ ਕੋਈ ਪ੍ਰਾਪਤੀ ਹੁੰਦੀ ਹੈ ਉਹਨੂੰ ਰੀਅਲ ਮੰਨੀ ਬੈਠਾ ਹੁੰਦਾ ਜਦੋਂ ਅੱਖ ਖੁੱਲਦੀ ਹੈ ਪਤਾ ਲੱਗਦਾ ਓ ਮਾਈ ਗੋਡ ਇਹ ਤਾਂ ਹੁਕਮ ਇਹ ਤਾਂ ਸੁਪਨਾ ਸੀ ਉਹ ਰਿਐਲਿਟੀ ਨਹੀਂ ਸੀ ਇਸੇ ਤਰ੍ਹਾਂ ਇਥੇ ਸਦਾ ਜਿਉਣਾ ਰਿਐਲਿਟੀ ਨਹੀਂ ਹੈ ਇਹ ਸੱਚ ਨਹੀਂ ਹੈ ਜੋ ਦੀਸਾ ਸੋ ਸਗਲ ਬਿਨਾਸ ਹੈ ਜਿਉ ਬਾਦਰ ਕੀ ਛਾਈ ਇਹਤੇ ਗਲਤੀ ਆਉਂਦੇ ਨਾ ਬੱਬੇ ਕੰਨਾਂ ਦੱਦਾ ਰਾਰਾ ਬਾਂਦਰ ਵੀ ਆਉਂਦਾ ਏ ਤੇ ਬਾਦਰ ਵੀ ਆਉਂਦਾ ਏ ਇਸ ਲਈ ਅਰਥਾਤੋਂ ਵੀ ਜਿਹੜਾ ਹੈ ਉਚਾਰਨ ਸਮਝ ਲੱਗਦੀ ਹੈ ਜਿਹਨੂੰ ਪਨੰਸੀਏਸ਼ਨ ਕਹਿੰਦੇ ਹਾਂ ਸ਼ੁੱਧ ਉਚਾਰਨ ਕਹਿੰਦੇ ਹਾਂ ਇੱਥੇ ਬਾਦਰ ਦੇ ਅਰਥ ਬੱਦਲ ਆਏ ਸਤਿਗੁਰੂ ਜੀ ਕਹਿੰਦੇ ਜੋ ਕੁਛ ਵੀ ਦਿਖਾਈ ਦੇ ਰਿਹਾ ਜੋ ਦੀਸ ਹੈ ਸੋ ਸਗਲ ਵਿਨਾਸ਼ ਹੈ ਸਭ ਕੁਝ ਮਿਟਣ ਹਾਰ ਹੈ ਇੱਕ ਦਿਨ ਖਤਮ ਹੋ ਜਾਣਾ ਹੈ ਜਿਵੇਂ ਬੱਦਲ ਹੈ ਨਾ ਬਾਦਰ ਕੀ ਛਾਈ ਜਿਵੇਂ ਬੱਦਲ ਦੇ ھیਠਾਂ ਪਰਛਾਵਾ ਹੈ ਬੱਦਲ ਲੰਘ ਜਾਂਦਾ ਹੈ ਕਮਾ ਮਿਟ ਜਾਂਦਾ ਹੈ ਬੱਦਲ ਹਵਾ ਚ ਰਲ ਜਾਂਦਾ ਹੈ ਪਰਛਾਵਾ ਮਿਟ ਜਾਂਦਾ ਹੈ ਜਿਵੇਂ ਬੱਦਲ ਦਾ ਪਰਛਾਵਾ ਸਦਾ ਨਹੀਂ ਰਹਿੰਦਾ ਇਸੇ ਤਰ੍ਹਾਂ ਜੋ ਦਿਖਾਈ ਦੇਣ ਵਾਲਾ ਵਿਜੀਬਲ ਪਾਰਟ ਜੋ ਵੀ ਹੈ ਉਹ ਇੱਕ ਦਿਨ ਬਿਨਸਨ ਹਾਰ ਜਨ ਨਾਨਕ ਜਗ ਜਾਨਿਓ ਮਿਥਿਆ रहे हो राम शरण आई नानक शब्द ਵਰਤ ਕੇ ਕਹਿੰਦੇ ਨੇ ਦਾਸ ਨਾਨਕ ਨੇ ਇਸ ਜਗਤ ਨੂੰ ਦਾਸ ਨਾਨਕ ਕਹਿੰਦੇ ਨੇ ਇਸ ਜਗਤ ਨੂੰ ਮਿਥਿਆ ਕਰਕੇ ਸਮਝੋ ਅੰਦਰ ਅਹਿਸਾਸ ਕਰੋ ਸਦਾ ਨਹੀਂ ਰਹਿਣਾ ਅਹਿਸਾਸ ਕਰੋ ਸਭ ਕੁਝ ਜੋ ਦਿਖਾਈ ਦੇ ਰਿਹਾ ਸਦੀਵੀ ਨਹੀਂ ਹੈ ਲਿਮਿਟਡ ਸਮਾਂ ਲਾਈਫ ਦੀ ਵੈਲਿਊ ਸਮਝੀਏ ਜ਼ਿੰਦਗੀ ਦੀ ਕੀਮਤ ਦਾ ਮੈਨੂੰ ਮਹਿਸੂਸ ਕਰੀਏ ਇਹ ਸਾਡਾ ਮੇਨ ਮਕਸਦ ਕਦੀ ਨਹੀਂ ਭੁੱਲਣਾ ਚਾਹੀਦਾ ਰਹੇ ਉਹ ਰਾਮ ਸ਼ਰਨਾਈ ਰੱਬ ਦੀ ਸ਼ਰਨ ਰੱਬ ਸੱਚਾ ਗਿਆਨਵਾਨ ਕੇ ਹਰ ਥਾਂ ਤੇ ਹੈ ਉਸ ਗਿਆਨ ਤੋਂ ਸਿੱਖਣਾ ਔਰ ਸਮਰਪਿਤ ਹੋਣਾ ਜ਼ਿੰਦਗੀ ਚ ਜਿਉਣਾ ਰੱਬ ਦੇ ਨਿਜ਼ਮ ਨੂੰ ਸਮਝਣਾ ਨਿਜ਼ਮ ਨੂੰ ਫੋਲੋ ਕਰਨਾ ਉਦੀ ਪੈ ਪ ਆਪਣੀ ਸ਼ੁਕਰਾਨੇ ਵਿੱਚ ਜਿਉਣਾ ਇਹ ਸਦਾ ਹੀ ਇਹਦੇ ਲਈ ਯਤਨਸ਼ੀਲ ਰਵੇ ਮਾਨ ਗੌੜੀ ਮਹੱਲਾ ਨੌਵਾਂ ਅਗਲਾ ਸ਼ਬਦ ਗੌੜੀ ਰਾਗ ਦਾ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਰਾਣੀ ਕ ਹਰ ਜਸ ਮਨ ਨਹੀਂ ਆਵੇ ਮਨੁੱਖ ਨੂੰ ਅਰੀਦਾ ਜਸ ਤੇ ਰੱਬ ਦੀਆਂ ਵਡਿਆਈਆਂ ਤੇ ਰੱਬੀ ਗੁਣਾਂ ਦੀਆਂ ਵਿਚਾਰਾਂ ਰੱਬ ਦੀਆਂ ਸ਼ਕਤੀਆਂ ਰੱਬ ਦੀਆਂ ਬਖਸ਼ਿਸ਼ਾਂ ਰੱਬ ਦੇ ਗੁਣਾ ਦੀਆਂ ਰੱਬ ਦੇ ਨਿਜ਼ਮਾਂ ਦੀਆਂ ਵਿਚਾਰਾਂ ਇਹ ਮਨ ਨੂੰ ਕਰਨੀਆਂ ਨਹੀਂ ਆਉਂਦੀਆਂ ਮਨ ਨਹੀਂ ਆਵੇ ਇਹ ਮਨ ਹੋਰੀ ਆਦਤਾਂ ਵਿੱਚ ਉਲਝਿਆ ਹੋਇਆ ਨੁਕਸ ਲੱਭਦਾ ਹੈ ਕਿਸੇ ਦੇ ਨੁਕਸ ਲੱਭ ਕੇ ਉਹਦੀ ਡਿਸਕਸ਼ਨ ਕਰਦਾ ਹੈ ਆਪਣੇ ਪਰਿਵਾਰ ਬਾਰੇ ਆਪਣੇ ਕਾਰੋਬਾਰ ਬਾਰੇ ਗੱਲਾਂ ਬਾਤਾਂ ਕਰਦਾ ਹੈ ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਉਸ ਵੈਗਰੂਜੀ ਦੇ ਮਾਰਗ ਦੀਆਂ ਵਿਚਾਰਾਂ ਇਹ ਮਨ ਨੂੰ ਕਰਨੀਆਂ ਨਹੀਂ ਆਉਂਦੀਆਂ ਕਿਉਂ ਅਹਨਸ ਮਗਨ ਰਹਾ ਮਾਇਆ ਮੈਂ ਤਹ ਕੈਸੇ ਗੁੰਨਗਾ ਬਹਿ ਰਹਾ ਹੋ ਸੈਂਟਰਲ ਆਈਡੀਆ ਹੈ ਅਹਨਸ ਦਿਨ ਰਾਤ ਯਾਨੀ ਹਰ ਵੇਲੇ ਆਲਵੇਜ਼ ਹਰ ਵੇਲੇ ਇਹ ਦੁਨਿਆਵੀ ਪ੍ਰਾਪਤੀਆਂ ਦੀ ਖਿੱਚ ਜਿਹੜੀ ਹੈ ਨਾ ਜਿਹਨੂੰ ਰੋਂਗ ਅਟੈਂਸ਼ਨ ਕਹਿਆ ਰੱਬ ਦੇ ਮਾਰਗ ਦੇ ਬਜਾਏ ਦੂਸਰੇ ਪਾਸੇ ਦੀ ਖਿੱਚ ਉਦੇ ਵਿੱਚ ਮਗਨ ਹੈ ਮਸਤ ਹੈ ਹਰ ਵੇਲੇ ਜਿਹੜਾ ਦੁਨਿਆਵੀ ਪ੍ਰਾਪਤੀਆਂ ਤੇ ਦੁਨਿਆਵੀ ਰਸਾਂ ਦੇ ਦਸਕਿਆਂ ਦੇ ਵਿੱਚ ਸਵਾਦਾਂ ਦੇ ਵਿੱਚ ਝੂਠ ਲਾਲਚ ਆਦਿਕ ਦੀ ਪੂਰਤੀ ਵਾਸਤੇ ਹਰ ਵੇਲੇ ਮਸਤ ਹੋਇਆ ਹੋਇਆ ਇਹ ਰੱਬ ਦੇ ਗੁਣ ਕਿੱਥੇ ਗਾ ਸਕਦਾ ਆਖੋ ਗੁਣ ਗੌਣੇ ਤਿੰਨੋ ਗੱਲਾਂ ਨੰਬਰ 1 ਗੁਣਾਬਲ ਜੀਵਨ ਨਹੀਂ ਜਿਉਂਦਾ ਨੰਬਰ 2 ਉਹ ਪਰਪਕਾਰ ਨਹੀਂ ਕਰਦਾ ਨੰਬਰ 3 ਉਹ ਗੁਣਾ ਦੀਆਂ ਵਿਚਾਰਾਂ ਨਹੀਂ ਕਰਦਾ ਗੁਣਾ ਦੀਆਂ ਵਿਚਾਰਾਂ ਸੁਣਨੀਆਂ ਨਹੀਂ ਚਾਹੁੰਦਾ ਕਿਉਂਕਿ ਮਨ ਮਸਤ ਹੈ ਉਹ ਤਮੀਤ ਮਾਇਆ ਮਮਤਾ ਸਿਓ ਇਹ ਵਿਦੇ ਆਪ ਬੰਧਾ ਹੋਵੇ ਤਿੰਨੇ ਆਪਣੇ ਆਪ ਨੂੰ ਪੁੱਤਰ ਮਿੱਤਰ ਪਰਿਵਾਰ ਉਹਦੀ ਮੋਹ ਦੇ ਵਿੱਚ ਇਮੋਸ਼ਨਲ ਅਟੈਚਮੈਂਟ ਵਿੱਚ ਇੰਨਾ ਵੱਧ ਗਿਆ ਹੈ ਸੈਲਫਿਸ਼ ਹੋ ਗਿਆ ਜੋ ਕਰ ਰਿਹਾ ਹੈ ਕੇਵਲ ਆਪਣੇ ਪਰਿਵਾਰ ਲਈ ਕੇਵਲ ਆਪਣੇ ਬੱਚਿਆਂ ਲਈ ਕੇਵਲ ਦੁਨਿਆਵੀ ਪ੍ਰਾਪਤੀਆਂ ਲਈ ਉਹ ਕਰਦੇ 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 ਉਹ ਅੰਦਰ ਵਿਚਾਰਾ ਹਰ ਵੇਲੇ ਉਸ ਤਰ੍ਹਾਂ ਦੀਆਂ ਚੱਲਦੀਆਂ ਨੇ ਸੋਚਾਂ ਉਸ ਤਰ੍ਹਾਂ ਦੀਆਂ ਚੱਲਦੀਆਂ ਨੇ ਮਨ ਤੇ ਮਤ ਨੂੰ ਇੱਕ ਆਦਤ ਪੈ ਗਈ ਹੈ ਇਹ ਬੰਧਨ ਵਿੱਚ ਬੰਧਿਆ ਗਿਆ ਇਹਨੂੰ ਆਪਣੇ ਪਰਿਵਾਰ ਆਪਣੀਆਂ ਪ੍ਰਾਪਤੀਆਂ ਆਪਣਾ ਕਾਰੋਬਾਰ ਇਸ ਤੋਂ ਉੱਪਰ ਇਹਨੂੰ ਸਮਾਜ ਦੇ ਲਈ ਕੁਝ ਕਰਨਾ ਕੌਮ ਦੇ ਲਈ ਕੁਛ ਕਰਨਾ ਇਹਨੂੰ ਸੁਝਦਾ ਹੀ ਨਹੀਂ ਆ ਕੋ ਵਾਹਿਗੁਰੂ ਅਗ ਬੰਦਿਆ ਗਿਆ ਉਹਦੇ ਸਤਗੁਰੂ ਜੀ ਕਹਿੰਦੇ ਕਿਉਂ ਬੰਦਿਆ ਗਿਆ ਮੇਰੇ ਗਿ ਤ੍ਰishna ਜਿਉ ਝੂਠੋ ਇਹ ਜਗ ਦੇਖਤਾ ਸਿ ਉਠਤਾ ਵੈ ਮਿਰਗ ਮਾਰੂਥਲ ਦੇ ਇਲਾਕਿਆਂ ਵਿੱਚ ਜਿੱਥੇ ਰੇਤ ਲਈ ਰੇਤਲਾ ਇਲਾਕਾ ਗਰਮੀ ਬਹੁਤ ਹੁੰਦੀ ਹੈ ਉਹ ਜਦੋਂ ਗਰਮੀ ਪੂਰੀ ਗਰਮੀ ਦੇ ਵਿੱਚ ਧੁੱਪ ਦੀ ਰਿਫਲੈਕਸ਼ਨ ਪੈਂਦੀ ਹੈ ਨਾ ਤੇ 4-5 ਕਿਲੋਮੀਟਰ ਤੇ ਇਦਾਂ ਲੱਗਦਾ ਕਿ ਜਿਵੇਂ ਪਾਣੀ ਉਹ ਪਾਣੀ ਖੜਾ ਹੈ ਤੇ ਮੇਰੇ ਕੋ ਉਸ ਪਾਣੀ ਵੱਲ ਭੱਜਦਾ ਹੈ ਤੁਸੀਂ ਦੇਖਿਆ ਹੋਵੇਗਾ ਜਦੋਂ ਬਹੁਤੀ ਗਰਮੀ ਹੁੰਦੀ ਹੈ ਨਾ ਆਪਾਂ ਹਾਈਵੇ ਤੇ ਜਾਂਦੇ ਆ ਤੇ ਹਾਈਵੇ ਤੇ ਵੀ ਇਦਾਂ ਜਿਹੜਾ ਇੱਕ ਭੁਲੇਖਾ ਜਿਹਾ ਪੈਂਦਾ ਉਹ ਜਿਵੇਂ ਸਾਹਮਣੇ ਪਾਣੀ ਉਹ ਪਾਣੀ ਖੜਾ ਹੈ ਉਹਨੂੰ ਮਿਰਗ ਤ੍ਰਿਸ਼ਨਾ ਕਹਿੰਦੇ ਨੇ ਉਹਦੇ 'ਚ ਭੱਜਦਾ ਹੈ ਸਤਿਗੁਰੂ ਕਹਿੰਦੇ ਉਹ ਪਾਣੀ ਨਹੀਂ ਹੈ ਰਿਐਲਿਟੀ ਨਹੀਂ ਹੈ ਰਿਫਲੈਕਸ਼ਨ ਹੈ ਇਸੇ ਤਰ੍ਹਾਂ ਮਨੁੱਖ ਜਿੰਨਾ ਨੂੰ ਸੁੱਖ ਸਮਝਦਾ ਹੈ ਨਾ ਮੇਰੇ ਕੋਲ ਪੈਸਾ ਆਏਗਾ ਮੇਰੇ ਕੋਲ ਪ੍ਰੋਪਰਟੀ ਬਹੁਤ ਸਾਰੀ ਹੋਏਗੀ ਮੈਂ ਸੁਖੀ ਹੋਵਾਂਗਾ ਉਹ ਇਹਦੀ ਆਪਣੀ ਕਲਪਨਾ ਦੀ ਇੱਕ ਰਿਫਲੈਕਸ਼ਨ ਹੈ ਇਹਨੂੰ ਰਿਐਲਿਟੀ ਸਮਝ ਨਹੀਂ ਆ ਰਹੀ ਜਿੰਨਾ ਤੇਰੇ ਕੋਲੇ ਪੈਸਾ ਵਧੇਗਾ ਤੂੰ ਉਸ ਪੈਸੇ ਦੀ ਫੈਸਿਲਿਟੀ ਲਗਜ਼ਰੀ ਵਧਾਏਗਾ ਜਿੰਨੀ ਫੈਸਿਲਿਟੀ ਲਗਜ਼ਰੀ ਵਧੇਗੀ ਤੇਰੇ ਖਰਚੇ ਵਧਣਗੇ ਤੇਰੀ ਲਾਈਫ ਫਾਸਟ ਹੋਏਗੀ ਤੂੰ ਅੰਦਰੋਂ ਉਲਝੇਗਾ ਜਿੰ ਤਾਮਨੀ ਪੰਡ ਵਧਾਏਗਾ ਸੁਖੀ ਨਹੀਂ ਹੋਏਗਾ ਉਲਝਨਤਾਣੀ ਵਿੱਚ ਫਸਦਾ ਜਾਏਗਾ This is a reflection not a reality ਇਸ ਲਈ ਇਹਤ ਨਹੀਂ ਹੈ ਕਿ ਐਵੇਂ ਤੈਨੂੰ ਇੱਕ ਭੁਲੇਖਾ ਪੈ ਗਿਆ ਜਿਵੇਂ ਮਿਰਗ ਤ੍ਰਿਸ਼ਨਾ ਮਿਰਗ ਤ੍ਰਿਸ਼ਨਾ ਜਿਉਂ ਝੂਠੋ ਇਹ ਜੱਗ ਦੇਖਤਾ ਸੁੱਟਤਾ ਵੈ ਜਿਵੇਂ ਮਿਰਗ ਉਹਦੇ ਵੱਲ ਭੱਜਦਾ ਹੈ ਨਾ ਪਾਣੀ ਸਮਝ ਕੇ ਇਦਾਂ ਹੀ ਤੂੰ ਇਹਨਾਂ ਪ੍ਰਾਪਤੀਆਂ ਵੱਲ ਇੰਨਾ ਭੱਜਿਆ ਫਿਰਦਾ ਇੰਨਾ ਭੱਜਿਆ ਫਿਰਦਾ ਪਿਆਰਿਆ ਤੂੰ ਅਸਲੀ ਮਾਰਗ ਨੂੰ ਛੱਡੀ ਬੈਠਾ ਆਖੋ ਵਾਹਿਗੁਰੂ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜਤਾ ਹੈ ਬਿਸਰਾਵੈ ਭੁਗਤ ਭੁਗਤ ਹੁੰਦਾ ਹੈ ਰੋਹਾਨੀ ਖੁਰਾਕ ਜੋ ਤੈਨੂੰ ਅੰਦਰ ਚਾਹੀਦਾ ਹੈ ਅੰਦਰ ਗੁਣ ਚਾਹੀਦੇ ਨੇ ਅੰਦਰ ਪਰਪਕਾਰ ਦੀ ਬਿਰਤੀ ਚਾਹੀਦੀ ਹੈ ਅੰਦਰ ਗੁਰੂ ਦੇ ਲਈ ਵਾਹਿਗੁਰੂ ਜੀ ਦੇ ਲਈ ਆਪਾ ਵਾਰਨ ਦਾ ਇੱਕ ਜਜ਼ਬਾ ਚਾਹੀਦਾ ਹੈ ਅੰਦਰ ਇੱਕ ਪ੍ਰੀਤ ਲਗਨ ਚਾਹੀਦੀ ਹੈ ਅੰਦਰ ਗੁਰੂ ਦੇ ਮਾਰਗ ਤੇ ਤੁਰਨ ਲਈ ਇੱਕ ਜਨੂਨ ਚਾਹੀਦਾ ਹੈ ਅੰਦਰ ਤੇਰੇ ਸੋਜੀ ਚਾਹੀਦੀ ਹੈ ਗੁਰੂ ਦੇ ਉਪਦੇਸ਼ ਤੈਨੂੰ ਯਾਦ ਹੋਣੇ ਚਾਹੀਦੇ ਨੇ ਗੁਰੂ ਦੇ ਉਪਦੇਸ਼ ਮੰਨਣ ਦੀ ਆਦਤ ਹੋਣੀ ਚਾਹੀਦੀ ਹੈ ਸਿੱਧਕ ਵਿਸ਼ਵਾਸ ਹੋਣਾ ਚਾਹੀਦਾ ਹੈ ਹਰ ਤਰ੍ਹਾਂ ਦੇ ਹਾਲਾਤ ਵਿੱਚ ਤੁਰਨ ਦੇ ਲਈ ਅਡੋਲਤਾ ਚਾਹੀਦੀ ਹੈ ਇਹ ਸਾਰਾ ਕੁਝ ਮਿਲਾ ਕੇ ਰੋਹਾਨੀ ਖੁਰਾਕ ਆਖ ਵਾਹਿਗੁਰੂ ਇਹਦਾ ਕਾਰਨ ਇਹਦਾ ਸੋਰਸ ਕਾਰਨ ਦੇ ਅਰਥੇ ਤੇ ਸੋਰਸ ਹੈ ਇਹਦਾ ਸੋਰਸ ਮਾਲਕ ਵਾਹਿਗੁਰੂ ਜੀ ਨੇ ਤੇ ਤੈਨੂੰ ਇਹਨਾਂ ਬੰਧਨਾਂ ਤੋਂ ਮੁਕਤੀ ਚਾਹੀਦੀ ਹੈ ਜਿਹੜੀਆਂ ਆਦਤਾਂ ਤੈਨੂੰ ਉਲਝਾਈ ਬੈਠੀਆਂ ਨੇ ਨਿੰਦਾ ਕਰਨ ਦੀ ਆਦਤ ਨਫ਼ਰਤ ਦੀ ਆਦਤ ਗਰੋਧ ਦੀ ਆਦਤ ਹੰਕਾਰ ਦੀ ਆਦਤ ਇਹਦੇ ਚ ਬੰਧਨ ਚਾਹੀਦੇ ਨੇ ਤੇ ਬੰਧਨ ਦਾ ਸੋਰਸ ਵੀ ਵਾਹਿਗੁਰੂ ਜੀ ਹੈ ਤੇ ਮੂੜਤਾ ਹੈ ਮਿਸਰਾਵੇ ਇਹ ਮੂਰਖ ਮਨ ਉਨੂੰ ਭੁਲਾਈ ਬੈਠਾ ਹੈ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ ਕੋਈ ਵਿਰਲੇ ਨੇ ਕਰੋੜਾਂ ਵਿੱਚੋਂ ਇੱਕ ਹੈ ਜਨ ਨਾਨਕ ਦਾਸ ਨਾਨਕ ਜੀ ਕਹਿੰਦੇ ਨੇ ਜعنی ਦਾਸ ਨਾਨਕ ਸ਼ਬਦ ਵਰਤਦੇ ਨੇ ਗੁਰਤੇਗ ਬਾਦਰ ਸਾਹਿਬ ਜੀ ਗੁਰਤੇਗ ਬਾਦਰ ਸਾਹਿਬ ਜੀ ਕਹਿ ਰਹੇ ਨੇ ਕਰੋੜਾਂ ਵਿੱਚੋਂ ਕੋਈ 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 ਇੱਕ ਹੈ ਜਿਨ ਗੁਰਮਤ ਅਨਸਾਰ ਰਾਮ ਦੇ ਭਜਨ ਦੀ ਸਮਝ ਆ ਗਈ ਜਿਨੂੰ ਜ਼ਿੰਦਗੀ ਜਿਉਣ ਦੀ ਯੋਗਤਾ ਆ ਗਈ ਉਸ ਜ਼ਿੰਦਗੀ ਦਾ ਹਰ ਪੱਖ ਭਜਨ ਬਣਦਾ ਹੈ ਕੋ ਵਾਇਗੁਰੂ ਗੁਰਮਤਿ ਹੈ ਦੁਨੀਆ ਦੇ ਧਰਮ ਕਹਿੰਦੇ ਸੀ ਜੋ ਸਵੇਰੇ ਕੰਮ ਕੀਤਾ ਉਹ ਧਰਮ ਦਾ ਹੈ ਜੋ ਦਿਨ ਵੇਲੇ ਜ਼ਿੰਦਗੀ ਜਿਉਈਆਂ ਨਿੱਜੀ ਜ਼ਿੰਦਗੀ ਹੈ ਇਹ ਪਰਿਵਾਰਕ ਜ਼ਿੰਦਗੀ ਹੈ ਇਹ ਕਾਰੋਬਾਰੀ ਜ਼ਿੰਦਗੀ ਹੈ ਪਰ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਮਿਸ਼ਨ ਦਿੱਤਾ ਹੈ ਉਹ ਇਹ ਕਿ ਚਾਹੇ ਮਨੁੱਖ ਕਾਰੋਬਾਰ ਕਰਦਾ ਹੈ ਚਾਹੇ ਉਹ ਪਰਿਵਾਰਕ ਜੀਵਨ ਜਿਉਂਦਾ ਹੈ ਇਹ ਜੈ ਸਮਾਜ ਲਈ ਜਿਉਂਦਾ ਉਹਦੇ ਜੀਵਨ ਦਾ ਹਰ ਪੱਖ ਉਹਦੇ ਲਈ ਪਕਤੀ ਆ ਖਵਾਹੀ ਰੂਹ ਉਹ ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਹੀ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਪਰਿਵਾਰਕ ਲੋੜਾਂ ਪੂਰੀਆਂ ਕਰਦਾ ਹੈ ਨਾ ਇਸ ਦਾਇਰੇ ਤੋਂ ਬਾਹਰ ਜਾਂਦਾ ਤੇ ਨਾ ਸਿਧਾਂਤਾਂ ਨਾਲ ਸਮਝੌਤਾ ਕਰਦਾ ਕਿਉਂ ਕਿਉਂਕਿ ਉਹਨੂੰ ਗੁਰੂ ਪਾਤਸ਼ਾਹ ਨੇ ਇੱਕ ਨਜ਼ਰੀਆ ਦਿੱਤਾ ਹੈ ਸਭ ਕੁਝ ਨੂੰ ਸਮਝਣ ਦਾ ਜਿਹਨੂੰ ਗੁਰਮਤ ਕਹਿੰਦੇ ਆ ਗੁਰੂ ਦੀ ਸੋਚ ਹੈ ਉਹ ਅਸੀਂ ਪ੍ਰਾਪਤ ਕਰਨ ਵਾਸਤੇ ਅਰਥਾ ਸਮੇਤ ਸਹਿਜ ਪਾਠ ਕਰਦੇ ਹਾਂ ਗੌੜੀ ਮਹੱਲਾ ਅਨਵਾ ਅਗਲਾ ਸ਼ਬਦ ਗੌੜੀ ਰਾਗ ਦਾ ਗੁਰਤੇਗ ਬាទਰ ਸਾਹਿਬ ਜੀ ਮਹਾਰਾਜ ਜੀ ਦਾ ਚੌਥਾ ਸ਼ਬਦ ਹੈ ਸਾਧੋ ਇਹ ਮਨ ਗਹਿਓ ਨਾ ਜਾਈ ਐਗੁਰਮਖ ਜਨੋ ਐਗੁਰ ਸਖ ਪਿਆਰੇਓ ਜਿਹੜਾ ਮਨ ਹੈ ਨਾ ਇਹ 체ਤੀ ਕੀਤੇ ਮੈਨੇਜ ਨਹੀਂ ਹੁੰਦਾ ਬੜਾ ਸ਼ਕਤੀਸ਼ਾਲੀ ਹੈ ਮੰਗਤੀ ਹੈ ਨਾ ਇਹ ਮਨੂਆ ਆਤ ਸਵਾਲ ਹੈ ਅੱਡੇ ਨਾ ਕਿਤੇ ਉਪਾਏ ਈਮਾਨਿਕ ਸੈਕਿੰਡ ਵਿੱਚ ਜਿਹੜਾ ਹੈ ਉਹ ਆਪਣੀ ਮੰਜ਼ਲ ਵੱਲ ਨੂੰ ਭੱਜਦਾ ਹੈ ਆਪਣੇ ਰਸਾਂ ਚਸਕਿਆਂ ਵੱਲ ਭੱਜਦਾ ਹੈ ਈਮਾਨ ਪકડਨਾ ਮਨ ਮੈਨੇਜ ਕਰਨਾ ਸੁਚੇਤਤਾ ਤੋਂ ਬਿਨਾ ਗੁਰੂ ਦੇ ਉਪਦੇਸ਼ਾਂ ਤੋਂ ਬਿਨਾ ਵਾਜਰੇ ਜੀ ਦੀ ਬਖਸ਼ਿਸ਼ ਤੋਂ ਬਿਨਾ ਬਹੁਤ ਔਖਾ ਹੈ ਕਠਨ ਹੈ ਚੰਚਲ ਤ੍ਰਿਸ਼ਨਾ ਸੰਗਵਸਤ ਹੈ ਜਾਂ ਤੇ ਥਿਰਨਾ ਰਹਾਈ ਰਹਾਓ ਇਹ ਚੰਚਲ ਹੈ ਮਨ distracted ਰਹਿੰਦਾ ਹੈ absent ਰਹਿੰਦਾ ਹੈ ਅੰਦਰੋਂ ਵਿਚਲਤ ਰਹਿੰਦਾ ਹੈ ਗੈਰ ਹਾਜ਼ਰ ਰਹਿੰਦਾ ਹੈ ਤ੍ਰਿਸ਼ਨਾ ਵਿੱਚ ਭੱਜਦਾ ਹੈ ਦੁਨਿਆਵੀ ਪ੍ਰਾਪਤੀਆਂ ਨੂੰ ਸਭ ਕੁਝ ਮੰਨੀ ਬੈਠਾ ਹੈ ਉਹਦੇ ਲੋਭ ਲਾਲਚ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਉਸ ਚੀਜ਼ ਵੱਲ ਭੱਜਦਾ ਹੈ ਜਾਂ ਤੇ ਥਿਰਨਾ ਰਹੀ ਜੋ ਸਦੀਵੀ ਨਹੀਂ ਹੈ ਜਿਸ ਵਿੱਚੋਂ ਅੰਦਰਲਾ ਸੁੱਖ ਨਹੀਂ ਹੈ ਜਿਸ ਵਿੱਚੋਂ ਜੀਵਨ ਸਫਲ ਕਰਨ ਦੇ ਸੋਰਸ ਨਹੀਂ ਹੈ ਉਹਦੇ ਵੱਲ ਭਜਦਾ ਹੈ yogi yatan kart sabhare vaho maaf karna ਇਹ ਪਿਛਲੇ ਜੋ ਦੋ ਪੰਕਤੀਆਂ ਸੀ ਇਹ ਰਹਾਉ ਪਦਾ ਅਗਲਾ ਪਹਿਲਾ ਪਦਾ ਕਠਨ ਕਰੋਦ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਵਿਸਰਾਈ ਇਹ ਮਨ ਚੰਚਲ ਹੈ ਦੇ ਨਿਆਵੀ ਰਸਾਂ ਕਸਾਂ ਚਸਕਿਆਂ ਪ੍ਰਾਪਤੀਆਂ ਦੇ ਪਿੱਛੇ ਭਜਦਾ ਹੀ ਰਹਿੰਦਾ ਏ ਇਹਨੇ ਖਰੀਦ ਕੀ ਲਿਆ ਕਠਨ ਕਰੋਧ ਕਰੋਧੀ ਹੋਣ ਦੀ ਆਦਤ ਖਰੀਦੀ ਬੈਠਾ ਕੋਈ ਬੜਾ ਕਠੋਰ ਹੈ ਇਹਨੂੰ ਸਮਝਾਓ ਤੇ ਕਰੋਧ ਕਰਦਾ ਹੈ ਇਹਨੂੰ ਚੰਗੀ ਗੱਲ ਗੁਰੂ ਦੇ ਮਾਰਗ ਦੀ ਗੱਲ ਦੱਸੋ ਤਾਂ ਮੰਨੂ ਕੋੜੀ ਲੱਗਦੀ ਹੈ ਕਿਉਂਕਿ ਇਹਦੇ ਅੰਦਰ ਕਰੋਧ ਭਰਿਆ ਪਿਆ ਘਟ ਹੀ ਕੇ ਪੀਤਰ ਇਹਦੇ ਅੰਦਰ ਸਰੀਰ ਦੇ ਅੰਦਰ ਇਤਨਾ ਕ੍ਰੋਧ ਭਰਿਆ ਪਿਆ ਕ੍ਰੋਧ ਦੀ ਅਸਲੀਅਤ ਆਪਣੇ ਘਰ ਵਿੱਚ ਪਤਾ ਲੱਗਦੀ ਹੈ ਕਿਦਾਂ ਅੰਦਰੋਂ ਅੱਗੇ ਨਿਕਲਦੀ ਹੈ ਇਹਨੇ ਸਾਰੀ ਸੁਧ ਭਲਾਈ ਹੋਈ ਹੈ ਇਹਨੂੰ ਅਸਲੀ ਮਾਰਗ ਪਤਾ ਨਹੀਂ ਰਤਨ ਗਿਆਨ ਸਭ ਕੋ ਹਿਰੇ ਲੀਨਾ ਤਾਂ ਸਿਉ ਕਿਚਨਾ ਵਸਾਈ ਜਿਹੜਾ ਕ੍ਰੋਧ ਹੈ ਨਾ ਇਹ ਮਨੁੱਖ ਦੇ ਅੰਦਰੋਂ ਗਿਆਨ ਰੂਪੀ ਰਤਨ ਨੂੰ ਚੋਰੀ ਕਰ ਲੈਂਦਾ ਹੈ ਗਿਆਨ ਕਿਸੇ ਕੰਮ ਨਹੀਂ ਲੈਂਦਾ ਜਦੋਂ ਮਤ ਤੇ ਕ੍ਰੋਧ ਦੀ ਅੱਗ ਜਿਹੜੀ ਹੈ ਲੱਗ ਕ੍ਰੋਧ ਵਿੱਚ ਆ ਕੇ ਲਏ ਹੋਏ ਫੈਸਲੇ ਹਮੇਸ਼ਾ ਦੁਖਦਾਈ ਹੁੰਦੇ ਨੇ ਆਖ ਵਾਹਿਗੁਰੂ ਇਹਦੇ ਵਸ ਵਿੱਚ ਨਹੀਂ ਐ ਕਿਉਂਕਿ ਕ੍ਰੋਧ ਹੈ ਹੀ ਐਸਾ ਤਾਂ ਸਿਉ ਕਛ ਨਾ ਵਸਾਈ ਮਨੁੱਖ ਦੇ ਵਸ ਵਿੱਚ ਨਹੀਂ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਜੋਗੀ ਯਤਨ ਕਰਦੇ ਨੇ ਯੋਗ ਸਾਧਨਾ ਕਰ ਕਰਕੇ ਗੁਨੀ ਵਿਦਵਾਨ ਉਹ ਗਿਆਨ ਰਾਹੀ ਯਤਨ ਕਰਦੇ ਰਹੇ ਗਿਆਨ ਦੀ ਵਿਆਖਿਆ ਕਰ ਕਰਕੇ ਪਰ ਸਫਲ ਨਾ ਹੋ ਸਕੇ ਜਨ ਨਾਨਕ ਹਰ ਭਏ ਦਿਆਲਾ ਸੋ ਸਭ ਵਿਦਵਨ ਆਈ ਨਾਨਕ ਸ਼ਬਦ ਵਰਤ ਕੇ ਕਹਿੰਦੇ ਨੇ ਜੋ ਹਰੀ ਦੇ ਸੇਵਕ ਬਣ ਗਏ ਜਨ ਬਣ ਗਏ ਜਿ ਵਾਹਿਗੁਰੂ ਜੀ ਉਹਨਾਂ ਤੇ ਦਇਆ ਕਰਦੇ ਨੇ ਜਿਹੜੇ ਰੱਬ ਦੇ ਨਿਜ਼ਮਾ ਨੂੰ ਰੱਬੀ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ ਰਬ ਉਹਨਾਂ ਤੇ ਕਿਰਪਾ ਕਰਦੇ ਨੇ ਜਦੋਂ ਬਖਸ਼ਿਸ਼ ਹੁੰਦੀ ਹੈ ਆ ਆਪਣੇ ਆਪ ਹੀ ਜੀਵਨ ਦੀ ਵਿਧੀ ਬਣ ਜਾਂਦੀ ਹੈ ਕਿ ਜੀਵਨ ਇਸ ਪਾਸੇ ਤੁਰਦਾ ਹੈ ਬਖਸ਼ਿਸ਼ ਤੋਂ ਸਖਣੇ ਗੁਰੂ ਦੇ ਉਪਦੇਸ਼ ਮੰਨਣ ਤੋਂ ਬਿਨਾ ਮਨੁੱਖ ਉਲਝਦਾ ਰਹਿੰਦਾ ਹੈ ਗੌੜੀ ਮਹੱਲਾ ਨਵਾਂ ਨੰਮੇ ਪਾਤਸ਼ਾਹ ਦਾ ਅਗਲਾ ਸ਼ਬਦ ਗੌੜੀ ਰਾਗ ਦਾ ਹਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸਾਧੋ ਗੋਬਿੰਦ ਕੇ ਗੁਣ ਗਾਵੋ ਐ ਗੁਰਸਿੱਖ ਪਿਆਰਿਓ ਸਾਧੂ ਜਨੋ ਗੁਰਮੁਖੋ ਗੋਬਿੰਦ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਓ ਗੋਬਿੰਦ ਕੇ ਗੁਣ ਗਾਓ ਮੈਂ ਗੋਬਿੰਦ ਦੇ ਗੁਣ ਗਾਉਂਦਾ ਹਾਂ ਗੁਣਾਂ ਨੂੰ ਗਾਉਣਾ ਗੁਣਾਂ ਨੂੰ ਜ਼ਿੰਦਗੀ 'ਚ ਵਰਤਣਾ ਸ਼ੁਕਰਾਨਾ ਕਰਨਾ ਗੁਣਾਂ ਦਾ ਭਗ ਗੁਣਾਂ ਦਾ ਪਰਪਕਾਰ ਕਰਨਾ ਸ਼ੁਕਰਾਨੇ ਵਿੱਚ ਰਹਿਣਾ ਰੱਬੀ ਗੁਣਾਂ ਦੀ ਰੱਬੀ ਮਾਰਗ ਦੀਆਂ ਵਿਚਾਰਾਂ ਕਰਦੀਆਂ ਸੁਣਨ ਤੇ ਬੰਨਣ ਦੀ ਭਾਵਨਾ ਨਾਲ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਹ ਬੋਂ ਰਹਾਓ ਸਤਗੁਰੂ ਜੀ ਕਹਿੰਦੇ ਜਦੋਂ ਸੋਝੀ ਆਈ ਇਹ ਮਾਨਸ ਜਨਮ ਬੜਾ ਕੀਮਤੀ ਸਿੱਖੀ ਜੀਵਨ ਬਹੁਤ ਕੀਮਤੀ ਇਹਨੂੰ ਕਿਉਂ ਮਰਥਾ ਗਵਾਇਆ ਖੁਆ ਸਿੱਖੀ ਨੂੰ ਜੈ ਹੋ ਸਿੱਖੀ ਸਰੂਪ ਹੈ ਜੈ ਸਿੱਖੀ ਸਦਾਂਤ ਹੈ ਜੈ ਸਿੱਖੀ ਵਿਚਾਰਧਾਰਾ ਹੈ ਉਹੀ ਗਵਾਉਂਦਾ ਜਿਹਨੂੰ ਇਹਦੀ ਕੀਮਤ ਨਹੀਂ ਪਤਾ ਜਦੋਂ ਬਚਪਨ ਤੋਂ ਗੁਰੂ ਵਿਰਸਾ ਨਾ ਪੜਾਇਆ ਬਚਪਨ ਤੋਂ ਗੁਰੂ ਵਿਰਸਾ ਨਾ ਸੁਣਿਆ ਗੁਰੂ ਵਿਰਸੇ ਦਾ ਗਿਆਨ ਨਹੀਂ ਇਹਨੂੰ ਸਿੱਖੀ ਜੀਵਨ ਦੀ ਸਿੱਖੀ ਸਿਧਾਂਤਾਂ ਦੀ ਫਿਰ ਕੀਮਤ ਨਹੀਂ ਪਤਾ ਹੁੰਦੀ ਜਵਾਨੀ ਚ ਜਾ ਕੇ ਗਵਾ ਜਾਂਦਾ ਹੈ ਅਸੀਂ ਸਮਾਜ ਵਿੱਚ ਦੇਖ ਰਹੇ ਹਾਂ ਬਚਪਨ ਤੋਂ ਬੱਚੇ ਨੂੰ ਸਿੱਖੀ ਵਿਰਸਾ ਬੰਨਣਾ ਹੋਏਗਾ ਕਿਉਂ ਗਵਾਇਆ ਜਾਵੇ ਇਤਨਾ ਕੀਮਤੀ ਜੀਵਨ ਉਹਨੂੰ ਸਫਲ ਕਰਨ ਲਈ ਰੱਬ ਦੀ ਸ਼ਰਨ ਪੈਣਾ ਹੈ ਰੱਬ ਦੇ ਨਿਯਮਾਂ ਨੂੰ ਫੋਲੋ ਕਰਨਾ ਹੈ ਰੱਬੀ ਉਪਦੇਸ਼ ਨੂੰ ਮੰਨਣਾ ਹੈ ਉਕੇ ਰਬੀ ਉਪਦੇਸ਼ ਵਾਹਿਗੁਰੂ ਜੀ ਦੀ ਬਖਸ਼ਿਸ਼ ਐਸੀ ਇੱਕ ਕਲਾ ਹੈ ਪਤਿਤ ਪੁਨੀਤ ਦੀਨ ਬੰਧ ਹਰ ਚਰਨ ਤਾਹੇ ਤੁਮ ਆਵ ਪਤਿਤ ਪੁਨੀਤ ਗਿਰੀ ਹੋਈ ਸੋਚ ਨੂੰ ਗਿਰੇ ਹੋਏ ਸੁਭਾਅ ਨੂੰ ਪਵਿੱਤਰ ਕਰ ਦਿੰਦੀ ਹੈ ਉੱਚੀ ਉੱਚੀ ਸੋਚ ਬਖਸ਼ ਦਿੰਦੇ ਨੇ ਜੋ ਸਾਡੇ ਅੰਦਰ ਨਿਜ ਮਤ ਹੈ ਸਾਡੀ ਆਪਣੀ ਮਤ ਵਾਹਿਗੁਰੂ ਜੀ ਸਾਨੂੰ ਗੁਰਮਤ ਦੇ ਦਿੰਦੇ ਨੇ ਅਖੋ ਜਿਹੜਾ ਸਾਡਾ ਨਿੱਜੀ ਸੁਭਾਅ ਹੈ ਰਵਾਇਗੁਰੂ ਜੀ ਗੁਰੂ ਦੇ ਉਪਦੇਸ਼ ਰਾਹੀ ਗੁਰੂ ਦੀ ਬਾਣੀ ਰਾਹੀ ਗੁਰਮਖ ਸੁਭਾਉ ਦੇ ਦਿੰਦੇ। ਸੁੰਨ ਨਿਮਾਣਿਆ ਤੇ ਕਿਰਪਾ ਕਰਨ ਵਾਲੇ ਨੇ ਦੀਨ ਬੰਦਨ। ਬੰਦਨ ਤੋੜਨ ਵਾਲੇ ਨੇ ਨਿਮਾਣਿਆ ਦੇ। ਦੀਨ ਬੰਦ ਹਰ ਸ਼ਰਨ ਸਾਹਿ ਤੁਮ ਆਵ। ਤੇ ਹਰੀ ਦੀ ਸ਼ਰਨ ਮਨਾ। ਤੁਨ ਸਮਰਪਿਤ ਹੋ ਕੇ ਜਿਉ। ਗਾਜ ਕੋ ਤਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਮਿਸਰਾਵ। ਇਥੇ ਆ ਇੱਕ ਨੁਕਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਮਝਣਾ ਜਿਹੜੀਆਂ ਮੈਥੋਲੋਜੀਕਲ ਸਟੋਰੀਆਂ ਦੁਨੀਆ ਤੇ ਚੱਲਦੀਆਂ ਸਨ ਗੁਰੂ ਪਾਤਸ਼ਾ ਉਹਨਾਂ ਦੀ ਕੋਈ ਚੀਰ ਫਾੜ ਨਹੀਂ ਕਰ ਰਹੇ ਉਹ ਹੋਇਆ ਸੀ ਨਹੀਂ ਹੋਇਆ ਸੀ ਨਹੀਂ ਉਹਦੇ ਚ ਇੱਕ ਤੱਥ ਲੈਂਦੇ ਨੇ ਤੇ ਉਸ ਤੱਥ ਨੂੰ ਲੈ ਕੇ ਸਿੱਖਿਆ ਸਾਹਮਣੇ ਰੱਖ ਦਿੰਦੇ ਜਿਵੇਂ ਥਰਸਟੀ ਕਰੋ ਦੀ ਅਸੀਂ ਕਹਾਣੀ ਸੁਣਦੇ ਆਂ ਇਹ ਤਾਂ ਨਹੀਂ ਹੁੰਦਾ ਕਿ ਕੀ ਉਹ ਅਥਾਰਸਟੀਕਰ ਹੋਇਆ ਸੀ ਨਹੀਂ ਹੋਇਆ ਸੀ ਕੀ ਉਹਨੇ ਬੱਟੇ ਪਾਏ ਸੀ ਨਹੀਂ ਪਾਏ ਸੀ ਕੀ ਬੱਟੇ ਕਾਹ ਪਾ ਸਕਦਾ ਹੈ ਨਹੀਂ ਪਾ ਸਕਦਾ ਇਹ ਨਹੀਂ ਹੁੰਦਾ ਉਹਦੇ ਵਿੱਚ ਕੀ ਹੈ ਕਿ ਕਾ ਨੇ ਯਤਨ ਕੀਤਾ ਸਫਲਤਾ ਪ੍ਰਾਪਤ ਕਰ ਲਈ ਬਸ ਉਸ ਤੱਥ ਨੂੰ ਲੈਣਾ ਹੈ ਤੱਥ ਨੂੰ ਲੈ ਕੇ ਸਿੱਖਣਾ ਹੈ ਇਸੇ ਤਰ੍ਹਾਂ ਮੈਥੋਲੋਜੀਕਲੀ ਇੱਕ ਇੱਕ ਸਟੋਰੀ ਚੱਲੀ ਆਉਂਦੀ ਸੀ ਕਿ ਜਿਹੜਾ ਹਾਥੀ ਸੀ ਉਹ ਪਾਣੀ ਦੇ ਵਿੱਚ ਹੈ ਉਹਦੇ ਤੰਦੂਏ ਨੇ ਉਹਦਾ ਪੈਰ ਫੜ ਲਿਆ ਤੇ ਉਹ ਰੱਬ ਦੇ ਅੱਗੇ ਪੁਕਾਰ ਕਰਦਾ ਹੈ ਪੁਕਾਰ ਕਰਦਾ ਹੈ ਤੇ ਉਹਦਾ ਅਚਨ ਚੇਤ ਇੱਕ ਚੱਕਰ ਜਿਹੜਾ ਹੈ ਚੱਲਦਾ ਹੁੰਦਾ ਹੈ ਤੇ ਉਹਦੇ ਤੰਦੂਏ ਦੇ ਵੱਜਦਾ ਹੈ ਤੰਦੂਏ ਦਾ ਗੱਲ ਕਟਿਆ ਜਾਂਦਾ ਹੈ ਤੇ ਕਹਿੰਦੇ ਵਾਹ ਬਈ ਬਾਥੀ ਦੀ ਜਿਹੜੀ ਅਰਦਾਸ ਪੂਰੀ ਹੁਣ ਇਹਦੇ ਚੋਂ ਉਹ ਚੱਕਰ ਕਿਦਾ ਸੀ ਉਹ ਚੱਕਰ ਜਾਣ ਕੇ ਮਾਰਿਆ ਸੀ ਜਾਂ ਉੰਜ ਹੀ ਵੱਜ ਗਿਆ ਕੀ ਉਹ ਚੱਕਰ ਕਰਾਮਾਤ ਸੀ ਕੀ ਹਾਤੀ ਅਰਦਾਸ ਕਰ ਸਕਦਾ ਹੈ ਕੀ ਹਾਤੀ ਨੇ ਅਰਦਾਸ ਕੀਤੀ ਸੀ ਜਾਂ ਉੰਜ ਹੀ ਚਿੱਕਿਆ ਸੀ ਐਸੀ ਕੋਈ ਚੀਰ ਫਾੜ ਨਹੀਂ ਕੀਤੀ ਜਾਂਦੀ ਜਦੋਂ ਤੱਤ ਸਮਝ ਨਾ ਹੋਵੇ ਤੇ ਇੱਕੋ ਹੀ ਪੱਖ ਲਿਆ ਜਾਂਦਾ ਬਾਕੀ ਪੱਖ ਨਹੀਂ ਜਦੋਂ ਅਸੀਂ ਬਹੁਤੇ ਪੱਖ ਮਿਕਸ ਕਰ ਦਿੰਨੇ ਆ ਤਾਂ ਫਿਰ ਅਸੀਂ ਉਲਝ ਜਾਂਦੇ ਇੱਕੋ ਹੀ ਪੱਖ ਕੀ ਹੈ ਕਿ ਉਸ ਹਾਥੀ ਨੂੰ ਕੋਈ ਹੋਰ ਸਹਾਰਾ ਨਹੀਂ ਦਿਸਿਆ ਉਹਨੇ ਰੱਬ ਦੇ ਅਗੇ ਅਰਦਾਸ ਕੀਤੀ ਕਿ ਉਹਦੀ ਅਰਦਾਸ ਪੂਰੀ ਕਰ ਦੇ ਨੇ ਵਾਹੀ ਇੱਥੇ ਸਾਡਾ ਮਨ ਹਾਥੀ ਹੈ ਇਸ ਮਨ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਿਟਿਉ ਹੀ ਨਹੀਂ ਗੱਜ ਕੋ ਤਰਾਸ ਮਿਟਿਓ ਇਹਦੀ ਤ੍ਰਿਸ਼ਨਾ ਮਿਟੀ ਨਹੀਂ ਤੇ ਜਦੋਂ ਇਹ ਰੱਬ ਨੂੰ ਸਮਰਪਿਤ ਹੁੰਦਾ ਗੁਰੂ ਨੂੰ ਸਮਰਪਿਤ ਹੁੰਦਾ ਗੁਰੂ ਦੇ ਉਪਦੇਸ਼ਾਂ ਦਾ ਅਸਰ ਹੁੰਦਾ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਇਹ ਜਿਹੜਾ ਹਾਥੀ ਮਨ ਹੈ ਇਹਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਐਸੇ ਵਾਹਿਗੁਰੂ ਜੀ ਨੂੰ ਕਿਉਂ ਵਿਸਾਰੀਏ ਭਾਈ ਜਿਸ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੇ ਸਾਡਾ ਜੀਵਨ ਬਦਲਨਾ ਗੁਰੂ ਸਾਹਿਬ ਦੇ ਉਪਦੇਸ਼ ਕਿਉਂ ਭੁਲਾਏ ਜਾਣ ਐਸੀ ਸਿੱਖਿਆ ਹੈ ਸਾਜ ਅਭਿਮਾਨ ਮੋਹ ਮਾਇਆ ਫੋਨ ਭਜਨ ਰਾਮ ਚਿਤ ਲਾਵ ਵਿਮਾਨ ਮਾਨ ਹੰਕਾਰ ਰੋਂਗ ਅਟੈਨਸ਼ਨ ਦੀ ਖਿੱਚ ਮਾਇਆ ਦਾ ਮੋਹ ਇਹ ਛੱਡ ਕੇ ਰਾਮ ਦੇ ਭਜਨ ਵੱਲ ਚਿਤ ਲਾਉਂਦਾ ਹਰ ਵੇਲੇ ਰੱਬ ਦੀ ਯਾਦ ਵਿੱਚ ਹੀ ਹੋਣਾ ਨਾਨਕ ਮੁਕਤ ਪੰਥ ਇਹ ਵਾਗਰੂ ਨਾਨਕ ਕਹਿਤ ਮੁਕਤ ਪੰਥ ਇਹ ਗੁਰਮਖ ਹੋਏ ਤੁਮ ਪਾਵ ਆਨਿਕ ਸ਼ਬਦ ਵਰਤ ਕੇ ਗੁਰਤੇ ਇੱਕ ਬਹਾਦਰ ਸਾਹਿਬ ਜੀ ਮਾਰਾ ਕਹਿੰਦੇ ਇਹ ਜਿਹੜਾ ਮੁਕਤੀ ਦਾ ਮਾਰਗ ਮੈਂ ਦੱਸ ਰਿਹਾ ਦੁਨਿਆਵੀ ਬੇਕਾਰੀ ਰਸਾਂ ਦੀ ਬੁਰੇ ਪਾਸੇ ਬੁਰੀਆਂ ਆਦਤਾਂ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਜਿਹੜਾ ਰਸ ਮਾਰਗ ਹੈ ਨਾ ਉਹ ਹੈ ਗੁਰਮਖ ਹੋਏ ਤੁਮ ਪਾਪ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਮੰਨ ਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਖਵਾ ਗੋੜੀ ਮਹੱਲਾ ਨੌਵਾਂ ਅਗਲਾ ਗੋੜੀ ਰਾਗ ਦਾ ਈਮਾ ਸ਼ਬਦ ਹੈ ਕੁਰਤੇ ਇੱਕ ਬਾਦ ਸਭੀ ਦਾ ਦੋ ਦੋ ਪਦਿਆਂ ਦੇ ਸ਼ਬਦ ਨੇ ਦੋ ਪਦੇ ਦੇ ਰੂਪ ਵਿੱਚ ਕੋਈ ਕੋ ਮਾਈ ਭੁੱਲਿਓ ਮਨ ਸਮਝਾਵੇ ਇਹ ਮੇਰੇ ਭੁੱਲੇ ਹੋਏ ਮਨ ਨੂੰ ਐ ਮੇਰੀ ਮਤ ਕੋਈ ਮੈਨੂੰ ਸਮਝਾਵੇ ਉਹ ਕੌਣ ਹੈ ਗੁਰੂ ਸਾਹਿਬ ਇਹ ਮਨ ਕੈਸਾ ਹੈ 베ਦ ਪੁਰਾਨ ਸਾਧ ਮਗ ਸੁਨ ਕਰ ਨਿਮਖਨ ਹਰ ਗੁਣ ਗਾਵੇ ਇਹ 베ਦ ਪੁਰਾਨ ਇਥੇ ਇਸ਼ਾਰਾ ਹੈ ਧਾਰਮਿਕ ਗ੍ਰੰਥਾਂ ਨੂੰ ਪੜਦਾ ਹੈ ਸੁਣਦਾ ਹੈ ਇਰੱਬੀ ਪਿਆਰਿਆਂ ਦਾ ਮਾਰਗ ਸਾਧੂ ਮਾਰਗ ਗੁਰੂ ਕੇ ਗੁਰਸਿੱਖਾਂ ਦੀ ਜੀਵਨ ਜਿਉਣ ਦਾ ਜੋ ਯੋਗਤਾ ਹੈ ਧਰਮ ਦਾ ਮਾਰਗ ਜੀ ਨੂੰ ਅਸੀਂ ਕਹਿੰਦੇ ਆ ਰੱਬ ਦਾ ਰੱਬੀ ਜੀਵਨ ਦਾ ਮਾਰਗ ਹੈ ਜੋ ਰੱਬ ਦੇ ਬਖਸ਼ਿਸ਼ ਲੈਣ ਵਾਲਾ ਜੀਵਨ ਯੋਗਤ ਵਾਲਾ ਮਾਰਗ ਇਹ ਨੂੰ ਇੱਕ ਨਿਮਖ ਮਾਤਰ ਵੀ ਮਨ ਨੂੰ ਚੰਗਾ ਨਹੀਂ ਲੱਗਦਾ ਭੁੱਲਿਆ ਹੋਇਆ ਮਨ ਕਿੰਨੇ ਮਖ ਮਾਤਰ ਵੀ ਇਹ ਨੂੰ ਰੱਬ ਦੇ ਗੁਣ ਗਾਉਣਾ ਉਸ ਪਾਸੇ ਤੁਰਨਾ ਨਹੀਂ ਚਾਹੁੰਦਾ ਗੁਣਾ ਵਾਲਾ ਜੀਵਨ ਜਿਉਣਾ ਉਹਦੇ ਲਈ ਯਤਨ ਨਹੀਂ ਕਰਦਾ ਪਰਪਕਾਰ ਕਰਨ ਦੀ ਮਰਤੀ ਆਪਣੇ ਅੰਦਰ ਅਪਣਾਉਣੀ ਨਹੀਂ ਚਾਹੁੰਦਾ ਮਨ ਤੇ ਰੱਬੀ ਡਿਸਕਸ਼ਨ ਇਹਨੂੰ ਫਿੱਕੀ ਲੱਗਦੀ ਹੈ ਤੇ ਰਹੋ ਪਦਾ ਹੈ ਸ਼ਬਦ ਦਰ ਲਬ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸੇ ਆਵੈ ਇਨੇ ਇਮਨੁਖਾ ਜੀਵਨ ਪ੍ਰਾਪਤ ਕੀ ਬੜਾ ਕੀਮਤੀ ਹੈ ਕਿਉਂਕਿ ਮਨੁੱਖਾ ਜੀਵਨ ਇੱਕ ਗੁਰਮੁਖ ਜੀਵਨ ਬਣ ਸਕਦਾ ਹੈ ਗੁਰਮਖ ਸੁਭਾਅ ਬਣ ਸਕਦਾ ਹੈ ਗੁਰਮਤ ਵਾਲੀ ਸੋਚ ਬਣ ਸਕਦੀ ਹੈ ਇਹਨੂੰ ਬਿਅਰਥ ਗਵਾਈ ਜਾ ਰਿਹਾ ਹੈ ਮਾਇਆ ਮੋਹ ਮਹਾ ਸੰਕਟ ਬਨ ਤਾਂ ਸੇ ਰਚੋ ਪਜਾਵੈ ਇਹ ਜਿਹੜਾ ਮਾਇਆ ਦਾ ਰਸ ਹੈ ਦੁਨਿਆਵੀ ਪ੍ਰਾਪਤੀਆਂ ਦੇ ਪਿੱਛੇ ਲੋਭ ਲਾਲਚ ਦਾ ਸਹਾਰਾ ਲੈਣਾ ਸਾਰਾ ਕੁਝ ਵਾਰ ਦੇਣਾ ਇਹਦੇ ਵਿੱਚ ਜਿਹੜਾ ਫਸਦਾ ਜਾ ਰਿਹਾ ਹੈ ਨਾ ਇਹ ਬੜਾ ਵੱਡਾ ਸੰਕਟ ਹੈ ਇੱਕ ਚਿੰਤਾਵਾਂ ਸਹਿੜਦੇ ਹੈ ਇਹ ਚਿੰਤਾਵਾਂ ਭਰਿਆ ਇੱਕ ਭਿਆਨਕ ਜੰਗਲ ਹੈ ਉਹਦੇ ਵਿੱਚ ਬੜੀ ਰੁਚੀ ਹੈ ਮਨ ਦੀ ਮਨ ਉਸੇ ਪਾਸੇ ਸਭ ਕੁਝ ਯਤਨਸ਼ੀਲ ਹੈ ਅੰਤਰ ਬਾਹਰ ਸਦਾ ਸੰਗ ਪ੍ਰਭ ਸੰਸਯਨ ਨੇ ਹੁਣ ਅਲਾਵਾ ਜੋ ਸਾਡੇ ਅੰਦਰ ਵੀ ਸਾਡੇ ਬਾਹਰ ਵੀ ਹਰ ਥਾਂ ਤੇ ਸਹਾਈ ਹੋ ਸਕਦੇ ਨੇ ਵਾਹਿਗੁਰੂ ਜੀ ਜਿਨ੍ਹਾਂ ਨੇ ਹਰ ਥਾਂ ਤੇ ਬਖਸ਼ਿਸ਼ ਕਰਨੀ ਹੈ ਸਾਡੇ ਅੰਦਰ ਵੀ ਬਾਹਰ ਵੀ ਉਹਦੇ ਨਾਲ ਮਨ ਜਿਹੜਾ ਪਿਆਰ ਨਹੀਂ ਪਾਉਂਦਾ ਇਹ ਇਧਰ ਤੁੱਛ ਮਾਤਰ ਜਿਆ ਯਤਨ ਕਰਦਾ ਸਾਰੀ ਜ਼ਿੰਦਗੀ ਦੂਸਰੇ ਪਾਸੇ ਲਾ ਦਿੰਦਾ ਨਾਨਕ ਮੁਕਤ ਤਾਹੇ ਤੁਮ ਮੰਨੋ ਜਿਹ ਘਟ ਰਾਮ ਸਮਾਵੈ ਜੀ ਨਾਨਕ ਜੀ ਇਹਨਾਂ ਆਦਤਾਂ ਤੋਂ ਇਹਨਾਂ ਕ੍ਰਿਸ਼ਨਾਂ ਦੇ ਵੰਦਨ ਤੋਂ ਤੁਸੀਂ ਤਾਹੀਂ ਮੁਕਤ ਹੋ ਸਕਦੇ ਹੋ ਨਾਨਕ ਸ਼ਬਦ ਵਰਤ ਕੇ ਸਾਨੂੰ ਕਹਿ ਰਹੇ ਨੇ ਗੁਰਦੇਵ ਸਾਹਿਬ ਜੀ ਤੁਸੀਂ ਤਾਹੀਂ ਮੁਕਤ ਹੋ ਸਕਦੇ ਹੋ ਗੁਰਸਿੱਖ ਪਿਆਰਿਓ ਜੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪਿਆਰ ਵੱਸ ਜਾਵੇ ਵਾਹਿਗੁਰੂ ਜੀ ਨੂੰ ਹਰ ਵੇਲੇ ਮਿੱਠੀ ਮਿੱਠੀ ਯਾਦ ਪੈ ਪਾਵਣੀ ਸ਼ੁਕਰਾਨਾ ਬਣ ਜਾਵੇ ਗੁਰੂ ਦੇ ਦੱਸੇ ਮਾਰਗ ਤੇ ਜੀਵਨ ਤੁਰ ਸਕੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਨ ਤੇਰੇ ਸੋਨ ਸਬਦ ਵਿਚਾਰਾ ਮਨ ਤੇਰੇ ਸੋਨ ਸਬਦ ਵਿਚਾਰਾ